ਇਹਦੇ ਲਾਂਗੇ ਮੁੱਕ ਲੈਂਗੇ ਇਹਦਾ ਭਾਈ ਆਖਰੀ ਸਦਕ ਦਾ ਘਰ ਦਿਖਾ ਕੇ ਲਿਓ ਇਹਦਾ ਭਾਈ ਜਾਂਦੀ ਵਾਰ ਦੀ ਆ ਕੰਮ ਹੁਣ ਤਾਂ ਮੈਨੂੰ ਕਹੂਗਾ ਤੁਸੀਂ ਪਲੀਜ਼ ਨਿਕਲ ਆ ਗਏ ਜੇ ਮੈਂ ਕਿਹੜਾ ਡੰਗਰ ਪਸ਼ੂ ਦੇਖਿਆ ਵਾ ਫੇਰ ਉਹਨਾਂ ਆ ਗਏ ਸੀ ਅਸੀਂ ਬੜੇ ਵਰਗਾ ਕੁੱਟੀ 5 ਮਿੰਟਾਂ 'ਚ ਮੁੜੇ ਜੀ ਦੀ ਆਖਰੀ ਸੈ ਦੀ ਰੂਹ ਪਟਕ ਦੀ ਰਹੂ ਇਹ ਬੰਦੇ ਦੀ ਗਤੀ ਨਹੀਂ ਹੋਣੀ ਜੀ ਅਸੀਂ ਆ ਕੇ ਆ ਦੂੰ ਭੱਜ ਕੇ ਉਹਨਾਂ ਨੂੰ ਪਤਾ ਨਹੀਂ ਦੋ ਰਿਸ਼ਤੇਦਾਰ ਜੀ ਆਏ ਸੀ ਸ਼ਾਇਦ ਉਹਨਾਂ ਦੇ ਨਾਲ ਹੀ ਬੋਤਲਾਂ ਵਗੈਰਾ ਵੀ ਲੈ ਗਏ ਸਾਡੀਆਂ ਭੱਜ ਗਏ ਬੁੱਲੀ ਰਹਿਦਾ ਨਹੀਂ ਹੋ ਗਿਆ ਲੈਣ ਭੱਜ ਦੀਂਦਾ ਇਹ ਉਹ ਕੰਡੀ ਲਾਉਂਦਾ ਆ ਕੀ ਕਰੀ ਜਾਂਦੇ ਹੋ ਤੁਸੀਂ ਖੜ ਜਾ ਭਾਈ ਖੜ ਜਾ ਪੜਦੇ ਕਿਉਂ ਲਾ ਲਏ ਮੈਨੂੰ ਦੱਸੋਗੇ ਰੀਜ਼ਨ ਕੀ ਆ ਕੱਪੜੇ ਬਦਲਦਾ ਭਾਈ ਖੜ ਜਾ ਗੁੱਡੀ ਅੱਛਾ ਕੱਪੜੇ ਬਦਲਣੇ 1 ਮਿੰਟ ਓਕੇ ਯੂ ਕੰਟੀਨਿਊ ਉਹ ਬਦਲ ਭਾਈ ਸ਼ਹੀਦ ਨੇ ਕਰਨ ਦੇਣੇ ਉਹ ਹੈਗਾ ਭਾਈ ਕੋਈ ਗੱਲ ਉਹ ਜਵਾਕੋ ਉਹ ਹੈਗਾ ਅੰਕਲ ਜੀ ਪਹਿਲਾਂ ਤਾਂ ਘੱਟ ਰੋਲਾ ਪਾਓ ਹੋਰ ਵੀ ਮਰੀਜ਼ ਪਏ ਨੇਗੇ ਇੱਥੇ ਤੁਸੀਂ ਇਕੱਲੇ ਥੋੜੀ ਹੋ ਉਹ ਰੋਲਾ ਪਾਉਣ ਨੂੰ ਮੇਰਾ ਜੀ ਕਰਦਾ ਬੰਨਿਆ ਮੈਂ ਪਿਆ ਭਾਈ ਟੂਆ ਮੇਰਾ ਅਕੜਿਆ ਪਿਆ ਤੀਜਾ ਦਿਨ ਹੋ ਗਿਆ ਉਰੇ ਪੈਣਾ ਕੜਾ ਸਿਖਾਲਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਥੋੜੀ 5 ਮਿੰਟ ਪਹਿਲਾਂ ਹੀ ਮੈਡੀਸਿਨ ਦਿੱਤੀ ਸੀ ਤੁਸੀਂ ਰੈਸਟ ਕਰ ਲਓ ਨਾ ਫੇਰ ਖੜੇ ਹੋ ਜਾਂਦੇ ਹੋਗੇ ਮੈਡੀਸਿਨ ਦਾ ਤਾਂ ਤਰੀ ਦਾ ਪੱਟਾ ਬਣ ਗਿਆ ਮੇਰੀ ਤਾਂ ਛਾਤੀ ਤੇ ਖੜੀਆਂ ਨੇ ਨਾ ਹਾਜ਼ਮੇ ਹੁੰਦੀਆਂ ਨੇ ਮੈਂ ਤੈਨੂੰ ਆਇਆ ਕਿ ਨਾ ਸਾਡੇ ਵਾਲਾ ਕੋਈ ਮੇਰੇ ਗੈਲ ਆਇਆ ਕਿ ਨਾ ਕੋਈ ਰੋਟੀ ਰਾਟੀ ਲੈ ਕੇ ਦੇਖੋ ਸਰ ਜੇ ਇੱਥੇ ਕੋਈ ਆਊਗਾ ਅਸੀਂ ਤੁਹਾਡੇ ਕੋਲ ਭੇਜ ਦਾਂਗੇ ਕੋਈ ਨਹੀਂ ਆਇਆ ਹੈਗਾ ਤੁਹਾਡੇ ਘਰੋਂ ਪਤਾ ਮੇਰਾ ਸਾਲਾ ਕੋਈ ਨਹੀਂ ਮਾਂ ਕਰ ਆਇਆ ਹੋਏ ਉਹ ਤਾਂ ਚੰਡੀਗੜ੍ਹ ਜਾ ਬੱਜਾ ਹੋ ਜਵਾਕ ਜਾ ਦੇਖੋ ਤਾਂ ਬਾਹਰ ਨਹੀਂ ਭਾਲਦਾ ਆੜਤੀ ਤੋਂ ਪੈਸੇ ਵੱਧ ਲੈ ਆਊ ਫੜ ਕੇ ਸਰ ਤੁਸੀਂ ਇੰਨਾ ਹਾਈਪਰ ਨਾ ਹੋਵੋ ਰੈਸਟ ਕਰ ਲਓ ਪਲੀਜ਼ ਮੈਨੂੰ ਨਹੀਂ ਪਤਾ ਪੇਪਰ ਪੂਪਰ ਦਾ ਭਾਈ ਮੈਂ ਤਾਂ ਔਖਾ ਬਹੁਤ ਆ ਮੇਰੀ ਆਹ ਨਾਲੀ ਜੀ ਕੱਢਦੇ ਮੈਂ ਤਾਂ ਸਰ ਪਲੀਜ਼ ਉਹਨੂੰ ਹੱਥ ਨਾ ਲਾਓ ਅੰਪਿਆ ਪਿਆ ਮੈਂ ਤਾਂ ਤੁਸੀਂ ਠੀਕ ਕਿਵੇਂ ਹੋਵੋਗੇ ਜੇ ਗ੍ਰਿਪ ਕੱਢਤੀ ਆਹ ਦੇਖ ਆ ਕਿਵੇਂ ਬੰਨਿਆ ਪਿਆ ਇੱਥੇ ਤਾਂ ਮੇਰਾ ਸਾਲਾ ਮੁੜਨੋਂ ਹਟ ਗਿਆ ਇਹ ਤਾਂ ਸਰ ਸਪਰੇਅ ਪੀਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਤੁਹਾਨੂੰ ਉਹ ਤੈਨੂੰ ਮੈਂ ਦੱਸਾਂ ਗੁੱਡੀ ਮੈਂ ਤਾਂ ਉੱਤੀ ਡੋਲੀ ਦੀ ਮੜੀ ਮੋਟੀ ਤਾਂ ਇਹਨਾਂ ਨੇ ਤਾਂ ਉਹੀ ਪੈਪ ਜਾਡਾ ਤਾਂ ਸਾਰੀ ਛਾਤੀ ਵੜਤੀ ਅੰਦਰੋਂ ਸਰ ਪਹਿਲਾਂ ਹੌਲੀ ਬੋਲੋ ਹੋਰ ਵੀ ਮਰੀਜ਼ ਨੇ ਮੇਰੇ ਕਿਉਂ ਗਾਲਾਂ ਪਵਾਉਣੀਆਂ ਨੇ ਤੁਸੀਂ ਰੋ ਮੈਨੂੰ ਲੱਗਦਾ ਤੁਬਕਾ ਤਬਕਾ ਮੜਾ ਮੋਟਾ ਲੰਗਿਆ ਹੋਊ ਅੰਦਰ ਕੀ ਕਹਿਣੇ ਨੇ ਇਹ ਪਹਿਲੀ ਵਾਰ ਨਹੀਂ ਹੋਇਆ ਜਾਣ ਸ ਮੈਂ ਕਰਦੀ ਆ ਤੁਹਾਨੂੰ ਇੰਜੈਕਸ਼ਨ ਦੇ ਦਨੀ ਆ ਇੱਕ ਫਿਰ ਤੁਹਾਨੂੰ ਨੀਂਦ ਆ ਜੂਗੀ ਕਾਨੂੰਨ ਦਾ ਇੰਜੈਕਸ਼ਨ ਜੋਕਸ਼ਨ ਮੈਨੂੰ ਨਹੀਂ ਪਤਾ ਹੈਗਾ ਜੇ ਕੋਈ ਛੱਡ ਆ ਗਿਆ ਮੇਰੇ ਕੋਲੇ ਤੋਂ ਹੋਰ ਮੜਾ ਜਾ ਕੋਈ ਨਹੀਂ ਮੈਂ ਭੇਜ ਦੂੰਗੀ ਜਾ ਲੈ ਆ ਭਾਈ ਤੁਸੀਂ ਪਲੀਜ਼ ਹੁਣ ਸੋਚੋ ਸੁੱਤਾ ਕਿੱਥੇ ਜਾਂਦਾ ਹੈ ਮੈਂ ਤਾਂ ਰਾਤ ਵੀ ਮਸਾਂ ਕੱਢੀ ਆ ਬਹਿ ਕੇ ਸਰ ਕਿਉਂ ਤੁਸੀਂ ਡਾਕਟਰ ਚੱਲ ਮੈਂ ਪਿਆ ਚੰਗਾ ਚੰਗਾ ਇੰਨੀ ਨਾ ਦੁਖੀ ਹੋ ਚੰਗਾ ਪਤਾ ਨਹੀਂ ਕਿਹੋ ਕਿਹੋ ਜਿਹੇ ਮਰੀਜ਼ ਆ ਮੈਂ ਚੰਗਾ ਉਰੇ ਭੇਜਦੀ ਕੋਈ ਕੁਦੀ ਬੁਰਕੀ ਲੈ ਆ ਜੇ ਕੋਈ ਤੁਸੀਂ ਸੋ ਜਾਓ ਸਰ ਪਲੀਜ਼ ਬਾਰ ਬਾਰ ਨਾ ਕਿਹਾ ਕਰੋ ਸੁੱਤਾ ਕਿੱਥੇ ਜਾਂਦਾ ਉਰੇ ਆ ਸਾਲਾ ਕੰਦੀ ਡਰਾਈ ਜਾਂਦੀਆਂ ਨੇ ਛੁੱਟੀਆਂ ਤਾਂ ਉਰੇ ਤੀਜੇ ਦਿਨ ਮੂੰਹ ਨੂੰ ਇਹ ਲੀਟਰ ਲਾ ਕੇ ਕਹਿ ਦੂੰ ਮੈਂ ਸਪਰੇ ਪੀਣਾ ਜਾਂਦਾ ਮਰ ਜਾ ਆਪਣਾ ਕੰਮ ਨਮੇੜਦੀ ਡੈਡੀ ਜੀ ਵੀ ਬਹੁਤ ਤੰਗ ਕਰਦੇ ਨੇ ਭਾਈ ਇਹੀ ਦੱਸਦੇ GM ਮਲਟੀ ਸਪੈਸ਼ਲਿਸਟ ਹੀ ਹਸਪਤਾਲ ਇਹੀ ਦੱਸਦੇ ਨੇ ਯਾਰ ਬੰਦਾ ਬਚ ਰਹੇ ਪੈਸੇ ਤਾਂ ਕੋਈ ਗੱਲ ਨਹੀਂ ਪੈਸਾ ਤਾਂ ਲੱਗ ਜੇ ਭੈਣ ਮਰਾਵੇ ਕਈ ਦਿਨਾਂ ਦਾ ਦਾਖਲਾ ਲਾਗੇ ਲੱਗੇ ਪਏ ਹੋਣਗੇ ਇਹਦੇ ਵੀ ਤਰਸਿਆ ਪਿਆ ਹੋਵੇ ਵੀ ਆ ਗਿਆ ਮੈਂ ਸਰ ਇਹ ਨਾ ਜਿਹੜਾ ਨਵਾਂ ਪੇਸ਼ੈਂਟ ਆਇਆ ਦਲਵੀਰ ਸਿੰਘ ਉਹਦੀ ਰਿਪੋਰਟਸ ਨਹੀਂ ਗਿਆ ਬੱਲੇ ਬੱਲੇ ਬਚਾਈ ਉਹ ਰੱਬਾ ਬਚਾਈ ਮਾਰ ਕੇ ਚੈੱਕ ਕਰ ਲਓ ਸਮਸੇਰ ਡੈਡੀ ਜੀ ਕਿੱਥੇ ਨੇ ਉਸ ਹਿਸਾਬ ਨਾਲ ਇਹਨਾਂ ਨੂੰ ਮੈਡੀਸਿਨ ਵੀ ਦੇ ਦਾਂਗੇ ਸਮਸੇਰ ਆ ਡੈਡੀ ਜੀ ਹਾਂ ਕੌਣ ਸਰ ਇੱਧਰ ਆਓ ਤੁਸੀਂ ਹਾਂ ਮਾਈਨ ਕਣੇ ਮੁੰਡੇ ਦੇ ਕੋਲ ਆਪਣਾ ਸਮਸੇਰ ਸਿੰਘ ਦਾਖਲ ਹੈ ਜੀ ਆਪਣਾ ਸਿੱਧੂਪੁਰ ਵਾਲੇ ਹੌਲੀ ਬੋਲੋ ਜੀ ਤੁਸੀਂ ਕਿਹਨੂੰ ਮਿਲਣਾ ਸਮਸੇਰ ਸਿੰਘ ਨੂੰ ਜੀ ਡੈਡੀ ਜੀ ਲੱਗਦੇ ਨੇ ਮੇਰੇ ਸਰ ਤੁਸੀਂ ਬਾਹਰ ਚਲੋ ਦੀ ਸਾਈਡ ਬਾਈ ਬੰਦਾ ਵਾਜੂ ਆਪਣਾ ਸਰ ਪਲੀਜ਼
ਪੋਲਾਈਟਲੀ ਗੱਲ ਕਰੋ। ਗੱਲ ਹੋ ਗਈ, ਦੱਸ ਦਿਓ ਯਾਰ। ਸਰ ਇੱਧਰ ਚਲੋ ਪਲੀਜ਼, ਦਿਸ ਸਾਈਡ। ਸ਼ਮਸ਼ੀਰ ਸਿੰਘ ਆ ਸਿੱਧੂਪੁਰ ਤੋਂ? ਹਾਂਜੀ ਹਾਂਜੀ, ਬਾਹਰ ਇਸ ਸਾਈਡ ਚਲੋ ਪਲੀਜ਼। ਗੱਲ ਤਾਂ ਦੱਸੋ ਭਾਈ। ਸਰ ਪਹਿਲਾਂ ਤਾਂ ਹੌਲੀ ਬੋਲੋ, ਤੁਹਾਨੂੰ ਤਮੀਜ਼ ਨਹੀਂ ਹੈਗੀ ਵੋਟ 'ਚ ਕਿਵੇਂ ਤੁਸੀਂ ਚੀਕ ਕੇ ਬੋਲ ਰਹੇ ਸੀ? ਨਹੀਂ ਸ਼ਮਸ਼ੀਰ, ਇੰਨੀ ਅੰਦਰ ਮੇਰੇ ਡੈਡੀ ਜੀ ਲੱਗਦੇ ਨੇ, ਉਹ ਬੰਦਾ ਸਪਰੇਅ ਪੀ ਗਿਆ ਸੀ। ਸਰ ਇੱਕ ਮਿੰਟ, ਇੱਥੇ ਇਹ ਜਿਹਾ ਕੋਈ ਪੇਸ਼ੈਂਟ ਨਹੀਂ ਹੈਗਾ, ਤੁਸੀਂ ਗਲਤ ਵਾਰਡ 'ਚ ਆਏ ਹੋਗੇ। ਪਰ ਜਿਹਨੂੰ ਤੁਸੀਂ ਵੀਰਾ ਵੀਰਾ ਕਹੀ ਜਾਂਦੇ ਹੋ ਡਾਕਟਰ ਸਾਹਿਬ ਨੇ, ਉਹ ਥੋੜਾ ਤਮੀਜ਼ ਨਾਲ ਗੱਲ ਕਰੋ। ਉਹ ਅੱਛਾ, ਉਹ ਐਨ ਕਾਲਾ ਮੁੰਡਾ ਡਾਕਟਰ ਹੈ? ਹਾਂਜੀ। ਫਿਰ ਮਾਫੀ ਮੰਗਦੀ ਭਾਈ, ਫਿਰ ਮੇਰੇ ਚੱਕਰ ਬਣੇ ਹੋਏ ਸੀ, ਪਿੰਡੋਂ ਤੁਰਿਆ ਮੈਂ ਤਾਂ ਕਾਹਲ ਜਾ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਬੌਂਤਲ ਗਿਆ ਮੈਂ ਤਾਂ। ਸਰ ਮਿਲਣਾ ਕਿਹਨੂੰ ਚਾਹੁੰਦੇ ਹੋ? ਮੈਂ ਸ਼ੇਰ ਨੂੰ, ਸ਼ੇਰਾ ਕਹਿੰਦੇ ਨੇ ਪਿੰਡ 'ਚ। ਹਾਂ ਪਹਿਲਾਂ ਮੈਨੂੰ ਪੂਰਾ ਨਾਮ ਦੱਸੋ। ਸ਼ਮਸ਼ੇਰ ਸਿੰਘ। ਸ਼ਮਸ਼ੇਰ ਸਿੰਘ ਦਾਦੇ ਦਾ ਤਾਂ ਮੈਨੂੰ ਯਾਦ ਨਹੀਂ ਹੈਗਾ, ਜਵਾਈ ਭਾਈ ਆ ਮੈਂ ਉਹਨਾਂ ਦਾ। ਹਾਂ ਇੱਕ ਮਿੰਟ, ਮੇਰੇ ਯਾਦ ਆਇਆ, ਉਹ ਦੂਜੇ ਵਾਰਡ 'ਚ ਨੇ, ਇਸ ਵਾਰਡ 'ਚ ਨਹੀਂ ਹੈਗੇ, ਤੁਸੀਂ ਉੱਧਰ ਚਲੋ। ਕੱਦਾ ਬਾਰਾ ਮੁੰਡਾ, ਕੱਦਾ ਬਾਰਾ ਮੁੰਡਾ ਸ਼ਮਸ਼ੇਰ। ਕੀ ਲੱਗਦੇ ਹੋ ਤੁਸੀਂ ਉਹਨਾਂ ਦੇ? ਮੈਂ ਜਮਾਈ ਲੱਗਦਾ ਜੀ ਉਹਨਾਂ ਦਾ। ਅੱਛਾ ਚਲੋ, ਵੈਸੇ ਵੀ ਕੋਈ ਗੱਲ ਨਹੀਂ, ਤੁਸੀਂ ਡਾਕਟਰ ਸਾਹਿਬ ਨੂੰ ਕਹਿ ਦਿਓ ਮੈਡਮ ਮੈਨੂੰ ਛੱਡਿਆ ਹੋਣਾ। ਕੋਈ ਨਹੀਂ ਸਰ, ਮੈਂ ਆਪੇ ਕਹਿ ਦੂੰਗੀ, ਤੁਸੀਂ ਚਲੋ ਇੱਧਰ। ਭਾਈ ਬੰਦਾ ਬਚ ਰੂ ਸਾਡਾ। ਸਰ ਤੁਸੀਂ ਪਲੀਜ਼ ਇੱਧਰੋਂ ਚੱਲੋਗੇ, ਬਾਕੀ ਮਰੀਜ਼ ਪਏ ਆ ਇੱਥੇ, ਬੰਦਾ ਬਚਣਾ ਚਾਹੀਦਾ। ਲੈ ਮੇਰੀ ਗੱਲ ਸੁਣਾ, ਆਹ ਤਾਂ ਛੱਡ ਤੂੰ ਯਾਰ, ਡਰਾਈਵ ਡਰੂਰ ਮਾਰ ਮਾੜੀ ਜੀ। ਅੱਛਾ ਕੀ ਗੱਲ ਬਾਈ, ਭਾਬੀ ਭੂਬੀ ਨੂੰ ਮਿਲਣ ਜਾਣਾ? ਓਏ ਯਾਰ ਭਾਬੀ ਨੂੰ ਕਾਹਨੂੰ ਮਿਲਣ ਜਾਣਾ, ਕੰਮ ਤਾਂ ਹੋਰ ਹੋ ਗਿਆ ਯਾਰ। ਕੀ ਕੰਮ? ਮੇਰੇ ਭਾਪੇ ਨੇ ਸਪਰੇਅ ਪੀ ਲਈ ਯਾਰ, ਨਾਪਾ ਖਾਨਾ। ਮੈਂ ਤਾਂ ਭਰਜਾਈ ਨੂੰ ਮਿਲਣ ਜਾਣਾ ਸੀ ਤੇਰੀ ਨੂੰ, ਉਹ ਵਿੱਚੋਂ ਪੰਗਾ ਅੜ ਗਿਆ ਯਾਰ। ਅੱਛਾ ਵੀਰੇ। ਓਏ ਹੋਰ ਯਾਰ, ਹੁਣ ਹਸਪਤਾਲ 'ਚ ਦਾਖਲ ਪਿਆ, ਤੈਨੂੰ ਪਤਾ ਯਾਰ, ਉੱਥੇ ਤੈਨੂੰ ਸਮਝਿਆ ਕਰ। ਵਾਹ ਵਾਹ, ਠੀਕ ਆ, ਗੱਲ ਬਣਾ ਦਈਏ ਫਿਰ। ਰੋਟੀ ਰੋਟੀ ਲੈ ਕੇ ਜਾਊਂਗਾ, ਉੱਥੇ ਵੀ ਸਟਾਫ ਸੋਹਣਾ ਹੈਗਾ ਹਸਪਤਾਲ 'ਚ। ਠੀਕ ਆ ਠੀਕ ਆ, ਐਡ ਬਣਾ ਦਈਏ ਕੋਕਾ। ਹਾਂ ਮੁੱਛਾਂ ਮੱਛਾਂ ਦੇ ਮਾਰ ਮੜੇ ਕੁੰਡੀਆਂ ਕਰ, ਸਕਰਬ ਸਕਰੂਬ ਮਾਰ ਰਹੇ। ਠੀਕ ਆ ਕਰ ਦਿੰਦੇ, ਉਹ ਹੀ ਕਰੀਆਂ ਬਾਹਰ ਤਾਂ ਜੇ ਆਪਾਂ ਕੰਨ ਕੱਟੇ। ਠੀਕ ਆ ਵੀਰੇ, ਠੀਕ। ਮੈਨੂੰ ਬੀਬੀ ਦਾ ਫਿਰ ਤੈਨੂੰ ਪਤਾ ਯਾਰ, ਫਿਰ ਮੈਨੂੰ ਜਾਣਾ ਪਊਗਾ, ਮੈਂ ਤਾਂ ਕਹਿ ਕੇ ਐਵੇਂ ਤਾਂ ਖੇਤ ਗਿਆ ਹੋਇਆ। ਕੋਈ ਗੱਲ ਨੀ ਵੀਰੇ, ਕਰ ਬਣਾ ਮਾੜੀ ਜੀ ਗੱਲ। ਸ੍ਰੀਕਾਲ ਡੈਡੀ ਜੀ, ਮੈਂ ਆਕੜਾ ਹੋ, ਮੇਰੀ ਇਧਰੋਂ ਕਸੋ ਪੈ ਗਿਆ, ਇਹਨੇ ਬਹੁਤ ਤੰਗ ਕਰ ਰੱਖਿਆ। ਮੈਂ ਢੂਲ ਲਾ ਲਿਓ ਮਾੜੀ ਜੀ, ਮਾੜਾ ਢੂਲ ਲਾ ਆ। ਕੀ ਕਰੀ ਜਾਂਦਾ ਢੂਲ ਲਾ ਲਓ ਮਾੜੀ ਜੀ। ਮੈਂ ਕਰ ਲਈ ਕਦੋਂ ਦੀ ਗੱਲ ਬਣ ਗਈ, ਮੈਨੂੰ ਤਾਂ ਤੀਜਾ ਹੇਲਾ ਹੋ ਗਿਆ, ਮੈਨੂੰ ਤਾਂ ਇਦਕੀ ਆਈ ਤੀ ਵੀ ਬਸ ਬੰਦਾ ਤਾਂ ਗਿਆ। ਤੀਜਾ ਦਿਨ ਹੋ ਗਿਆ। ਅੱਛਾ, ਨਾ ਤਾਂ ਕੋਈ ਰੋਟੀ ਲੈ ਕੇ ਬੋੜਿਆ, ਉਹ ਸਾਲੀ ਤੈਨੂੰ 50 ਫੋਨ ਲਾ ਲੈ, ਨਾ ਉਹ ਆਇਆ ਮਗਰ ਕੋਈ ਨੀ ਆਉਂਦਾ, ਉਰੇ ਨੀ ਆਉਂਦਾ ਕੋਈ ਹਸਪਤਾਲ। ਮੈਂ ਗੱਲ ਦੇਖ ਲਈ, ਪੈਂਦਿਆਂ 'ਚ ਕੋਈ ਨੀ ਖੜਦਾ। ਇਹ ਤਾਂ ਤੁਸੀਂ ਐਂ ਕਰੋ, ਫੋਨ ਲਾਓ ਕਿਸੇ ਨੂੰ ਸਕੀਰੀ ਵਾਲੇ ਨੂੰ, ਇੱਕ ਪਾਸੇ ਦਾ ਤੁਸੀਂ ਐਂ ਕਹਿ ਦਿਓ ਵੀ ਭਾਈ ਦਾਰੂ ਮੀਟ ਚੱਲੀ ਜਾਂਦਾ, ਤੂੰ ਆ ਜਾ ਮੇਰੇ ਸਾਲੇ ਪਹਾੜਾਂ ਤੇ, ਕੀ ਨਾ ਵਗ ਜਾਣਾ ਚਰਕ ਚਰਕ ਟਰਾਲੀਆਂ ਭਰ ਭਰ ਕੀ ਨਾ ਆ ਜਾਣਾ। ਹਾਂ ਇੱਕ ਪਾਸੇ ਤੁਸੀਂ ਕਹਿ ਦਿਓ ਵੀ ਹਸਪਤਾਲ 'ਚ ਜਾਣਾ, ਦੋ ਰਾਤਾਂ ਕਟਾਇਆ, ਮੌਤ ਪਈ ਜਾਂਦੀ ਹੈ, ਜੀ ਨਹੀਂ ਆਇਆ ਮਖਿਆ। ਚਲੋ ਆਪਾਂ ਨੇ ਕੀ ਲੈਣਾ, ਆਪਾਂ ਤੁਹਾਡੇ ਨਾਲ ਆ, ਖੁਦ ਤੇਰੀ ਬੀਬੀ ਨਹੀਂ ਆਈ। ਚਲੋ ਹੁਣ ਜਿਹਦੇ ਕਰਕੇ ਐਡਾ ਸਟੈਪ ਚੱਕਿਆ ਤੁਸੀਂ, ਨਾ ਸਟੈਪ ਦਾ ਮੁੰਡੇ ਕਰਕੇ ਚੱਕਿਆ, ਮੁੰਡਾ ਤੰਗ, ਮੁੰਡੇ ਨਹੀਂ ਤੰਗ ਕਰ ਰੱਖਿਆ ਮੈਂ ਜ਼ਿਆਦੇ ਤਾਂ
ਉਹੀ ਕਹਿੰਦੇ ਹੁੰਦੇ ਨੇ ਵੀ ਚੁੱਕਾ ਚੱਕਾਂਗੇ ਢਿੱਡ ਆਪਦੀ ਨੰਗਾ ਹੋਊ, ਤੂੰ ਤਾਂ ਹੁਣ ਜਾਣੀ ਪਤਾ, ਮੈਨੂੰ ਪਤਾ ਹੁਣ ਕੀ ਕਹਿੰਦਾ ਹੈ। ਜਦੋਂ ਹਿਸਾਬ ਕਿਤਾਬ ਕਰਦੇ ਆ ਤਾਂ ਭਰਿਆੜ ਪਾਟੇ ਪਏ ਹੁੰਦੇ ਨੇ। ਅੱਛਾ, 5 ਲੱਖ ਦੀ ਐਂਟਰੀ, 30 ਲੱਖ ਦੀ ਐਂਟਰੀ, ਪਿਸ਼ਾਬ ਵਾਲੀ ਥੈਲੀ ਭਰ ਗਈ ਜੀ। ਇਹਦਾ ਕਢਾ ਦਿੰਦੇ ਕੋਈ ਗੱਲ ਨੀ, ਇਹਦਾ ਬੋਲ ਮਾਰ ਲਾਂਗੇ। ਕੀ ਕਰੀਆਂ ਨੀ ਮਾਂ, ਰੋਟੀ ਬੰਨਤੀ ਤੈ? ਰੋਟੀ ਤਾਂ ਕਦੋਂ ਦੀ ਬੰਨੀ ਪਈ ਆ, ਤੂੰ ਕਿੱਥੇ ਨਿਕਲਿਆ ਸੀ? ਉਹ ਮੈਂ ਤਾਂ ਖੇਤ ਗਿਆ ਸੀ, ਮੈਂ ਕਿੱਥੇ ਜਾਣਾ ਸੀ? ਤੇਰੇ ਬਾਪ ਦੀ ਗੌਰ ਕਰ ਲੈ ਵੀਰ, ਉਹੀ ਗੱਲ ਰੋਟੀ ਲੈ ਜਾ ਟਾਈਮ ਨਾਲ। ਹੈ ਉਹ ਡਾਕਟਰਾਂ ਦਾ ਵੱਡਿਆ ਟੁੱਕਿਆ ਪਿਆ ਉੱਥੇ ਸਿਆਪਾ ਜਾਣ ਨੂੰ ਮੇਰੀ ਨੂੰ। ਓਕੇ ਤੇਰੇ ਨੀ ਵੱਡਿਆ ਟੁੱਕਿਆ ਹੈਗਾ, ਉਹ ਠੀਕ ਠਾਕ ਹੈ, ਤੂੰ ਰੋਟੀ ਫੜਾ ਮੈਂ ਜਾਣਾ ਉੱਥੇ। ਤੂੰ ਉੱਥੇ ਬਹਿ ਜਾ ਕਰ 2 ਮਿੰਟ, ਹੈ ਉਹਦੇ ਕੋਲੇ, ਬੰਦੇ ਦਾ ਮਨ ਹੋਰ ਹੋ ਜਾਂਦਾ। ਇਹਨੇ ਤੇਰੀ ਮਾਸੀ ਦੇ ਮੁੰਡੇ ਨੂੰ ਮੈਂ ਕਰਿਆ ਸੀ ਫੋਨ। ਕਿਹੜਾ ਮਾਸੀ ਦਾ ਮੁੰਡਾ? ਵੇ ਮੈਂ ਕਿਹਾ ਚੱਲ ਕੁੱਲੂ ਆਜੂ 2 ਦਿਨ। ਉਹ ਪੋਰਾ ਵੀ ਨਹੀਂ ਆਉਂਦਾ, ਤੂੰ ਸ਼ਰਤ ਲਾ ਲੈ ਮੇਰੇ ਨਾਲ ਵੀਰੇ, ਸ਼ਰਤ ਲਾ ਲਾ, ਉਹ ਆਉਂਦਾ ਹੀ ਨਹੀਂ। ਚੱਲ ਕੋਈ ਨਾ, ਅੱਜ ਤਾਂ ਪਰਾਉਣਾ ਆਜੂਗਾ, ਸੋਹਣਾ ਟਾਈਮ ਕਟਾ ਜੂਗਾ ਆਪਣੇ, 2 ਦਿਨ ਕਢਾ ਜੂਗਾ। ਪਰਾਉਣਾ ਆ ਸਕਦਾ ਹੈ, ਕੁੱਲੂ ਤਾਂ ਐਡਾ ਕੁੱਤੇ ਦਾ ਵੱਡਿਆ ਨਾ, ਜਿਹਨੂੰ ਕਹਦੇ ਉੱਥੇ ਅੰਡਾ ਮੀਟ ਤਾਂ ਮੂਰੇ ਹੋ, ਨਹੀਂ ਆਉਂਦਾ। ਬਈ ਮੇਰੀ ਗੱਲ ਸੁਣ ਲੈ, ਅੱਗੇ ਦੁੱਖ ਜੇ ਕਿਸੇ ਦਾ ਬਣਾਵਾਂਗੇ ਤਾਂ ਕੋਈ ਆਪਦਾ ਬਣਾਊਗਾ, ਜਾਂ ਤੁਸੀਂ ਨਹੀਂ ਪਿਓ ਪੁੱਤ ਕਿਸੇ ਦੇ ਖੜਦੇ, ਹੈਂ ਤੁਹਾਡੇ ਕੌਣ ਖੜੂਗਾ? ਤੈਨੂੰ ਕੀ ਪਤਾ ਸੀ ਖੜਦੇ ਨਹੀਂ? ਨਹੀਂ ਖੜਦੇ, ਤੁਸੀਂ ਇੱਕ ਠੋਕ ਕੇ ਖੜਦੇ ਸੀ। ਬਸ ਖੜੇ ਹੋਏ ਹਾਂ, ਹਾਂ ਖੜੇ ਹੋਏ ਹਾਂ ਬਸ। ਨਾਲੇ ਕੀ ਲੈ ਜਾਣਾ ਇੱਥੋਂ? ਨਾ ਕੀ ਖੱਟਿਆ ਇਹਨਾਂ ਕੰਮਾਂ 'ਚੋਂ, ਕੀ ਖੱਟਿਆ? ਉਹੀ ਤਾਂ ਕਹਿਣਾ ਮੈਂ, ਕੀ ਖੱਟਿਆ? ਉਹੀ ਪੈਸੇ ਮੈਨੂੰ ਦਿੰਦਾ ਨਾ? ਹਾਂ ਤੈਨੂੰ ਦਿੰਦਾ ਨਾ, ਕੰਡੇ ਬੀਜਦਾ ਕਰੋ, ਚੁਗੂਗਾ ਫਿਰ ਕੋਈ ਹੋਰ ਆ। ਹਸਪਤਾਲਾਂ 'ਚ ਘਰ ਮੁੱਦਾ ਮਾਰਦਾ, ਕੀ ਖੱਟਿਆ? ਮੈਨੂੰ ਨਾ ਮਤਾਂ ਦੇ, ਮੈਂ ਤੈਨੂੰ ਕਿਹੜਾ ਕਹਿੰਦਾ, ਮੈਨੂੰ ਸਾਰਾ ਪਤਾ ਹੈ ਤੇਰੀ ਕਰਤੂਤ ਦਾ, ਤੂੰ ਵੀ ਘੱਟ ਨਹੀਂ ਹੈਗਾ। ਹਾਂ ਜਿਹੜੀ ਜੀਰੀ ਬੀਜੀ ਤੇ ਉਹ ਤਾਂ ਵਿਕ ਗਈ, ਉਹ ਤਾਂ ਪਹਿਲੀ ਵਿਕ ਗਈ, ਖੱਲਾ ਖੁੰਜਾਂ 'ਚ ਵੜ ਗਈ। ਪਹਿਲੀ ਕਹਿੰਦਾ ਸੀ? ਹਾਂ ਮੇਰੇ ਹਿਸਾਬ ਨਾਲ ਚੱਲੋ, ਮੇਰੇ ਹਿਸਾਬ ਨਾਲ। ਹਾਂ ਤੇਰੇ ਹਿਸਾਬ ਨਾਲ ਚੱਲੀਏ, ਅਸੀਂ ਤਾਂ ਐਵੇਂ ਕਬੀਲਦਾਰ ਹੋ ਗਏ, ਅਸੀਂ ਤਾਂ ਐਵੇਂ 60 ਸਾਲ ਦਾ ਉਹ ਹੋ ਗਏ, 60 ਦੀ ਮੈਂ ਹੋ ਗਈ। ਹਾਂ ਤੇਰੇ ਹਿਸਾਬ ਨਾਲ ਅਸੀਂ ਚੱਲੀਏ ਹੁਣ ਨਵੇਂ ਜਵਾਨੇ ਦੇ ਨਾਲ, ਕਮਾਲ ਕਰਦਾ ਤੂੰ ਤਾਂ, ਤੁਸੀਂ ਹੋ ਗਏ ਕਬੀਲਦਾਰ। ਆ ਜਾ ਸਪਰੇਹਾਂ ਪੀਣੇ, ਆ ਜਾ ਸਪਰੇਹਾਂ ਪੀਆ ਕਰੋ, ਇਦੂ ਬਾਅਦ ਚੋਂ ਪੈਸੇ ਪੁੱਤ ਨੂੰ ਦਿਆ ਨਾ ਕਰੋ, ਹਸਪਤਾਲਾਂ 'ਚ ਡਿੱਗਿਆ ਕਰੋ। ਤੂੰ ਐਂ ਕਰ, ਡਾਕਟਰ ਨਾਲ ਗੱਲ ਕਰ ਮਣੀ ਮੋਟੀ, ਮੈਂ ਤਾਂ ਔਖਾ ਬਾਲਾ। ਕਿਹੜੇ ਪਾਸਿਓਂ? ਉਧਰੋਂ। ਆਪਣੀ ਕੁੜੀ ਆਈ ਨਰਸ, ਉਹਨੂੰ ਪੁੱਛੂ ਵੀ ਡਾਕਟਰ ਕਹੇ 1 ਵਜੇ ਭਾਈ ਰੋਟੀ ਖਾਣ ਜਾਂਦਾ, ਫੇਰ ਆਪਾਂ ਮਾੜਾ ਜਿਹਾ ਮੈਂ ਉਹਨਾਂ ਪਰਾਂ ਜਾ ਕੇ ਕੋਈ ਹੱਲ ਕਰ। ਫੇਰ ਵੀ ਅੱਖ ਦੇ ਪਰਦੇ ਨਾਲ ਹੀ ਹੋਊਗਾ। ਨਾ ਨਾ ਉਹ ਤੁਸੀਂ ਮੇਰੇ ਤੇ ਛੱਡ ਦੋ, ਅੱਗੇ ਕੀ ਕਰੇ ਨੀ, 2 ਹਿੱਲੇ ਹੋ ਗਏ, ਅੱਗੇ ਕੀ ਕਰਿਆ ਨੀ ਕੰਮ। ਓਹ ਚੱਲ ਹੁਣ ਐ ਹੁੰਦਾ ਵੀ, ਇੱਕ ਐ ਦੇਖ ਲਓ, ਛਕਤਾਈ ਹੁੰਦੀ ਐ, ਬੜਾ ਗੁੱਟ ਕਰੋ। ਮੈਨੂੰ ਜਦੋਂ ਪਤਾ ਲੱਗਿਆ ਵੀ ਤੁਸੀਂ ਦਾਖਲ ਹੋ, ਮੈਂ ਤਾਂ ਖੜਿਆ ਦੁਕਾਨ ਤੇ ਉੱਥੇ ਬਾਬੇ ਦੇ, ਇਹ ਕੀ ਲੈਂਦਾ? ਮੈਂ ਤਾਂ ਕੜਕਦੇ ਨੇ ਘੜੀ ਲੈ ਲਈ, ਕਾਹਦੇ ਲਈ? ਇਹ ਲਾ ਬਲੱਡ ਪ੍ਰੈਸ਼ਰ, ਇਹ ਹਾਂ ਧੜਕਣ, ਅੱਛਾ ਜੀ, ਤੇ ਆਪਣਾ ਸ਼ੂਗਰ ਬੀਪੀ ਸਾਰਾ ਕੁਝ ਚੈੱਕ ਕਰਦਾ ਰਹਿਣ ਦਿੰਦਾ, ਐਡੀ ਕਾਹਨੂੰ ਖੇਚਲਾ ਕਰ ਲਈ। ਕਈ ਵਾਰ ਮਹਾਰਾਤ ਬਰਾਤੇ ਬੰਦਾ ਉਰਾਂ ਪਰਾਂ ਹੋ ਜੇ, ਉਧਰੋਂ ਬਲੱਡ ਵੱਜੇ, ਇਹ ਟੈਸਟ ਟੂਸਟ ਤਾਂ ਕਰਦੇ ਨੇ, ਧੜਕੀ ਲੈਂਦੇ ਨੇ, ਨਿਊਜ਼ਲ ਜੀ ਭਰ ਕੇ ਸਮਝ, ਹੁਣ ਜੇ ਦੀ ਹੱਥ ਨਹੀਂ ਮੱਲਾ ਵੀ ਦੁਬਾਰੇ ਕਰਦੇ ਨੇ, ਇੱਕ ਵਾਰੀ ਹੱਥ ਨੇ ਤਾਂ ਘੋੜੇ ਵਾਲੀ ਘੜੀ ਜਾਊ। ਖੜ ਜਾਓ, ਬਲੱਡ ਪ੍ਰੈਸ਼ਰ ਤੇ ਲਾਓ ਇਹਨੂੰ, ਇਹ ਤਾਂ ਬਲੱਡ ਦੇਖਦੀ ਆ। ਅੱਛਾ, ਉਹ ਮੈਂ ਸਟਾ ਕਰਦਾ। ਚਲ ਉਹਦਾ ਕੋਈ ਗੱਲ ਨਹੀਂ, ਇਹਦਾ ਠੀਕ ਆ, ਸੋਹਣੀ ਆ, ਬਥੇਰੀ ਵਧੀਆ। ਖੜ ਜਾਓ, ਖੜ ਜਾਓ। ਇਹ BPM ਸੋਡਾ ਚੱਲ ਰਿਹਾ 82, ਸਹੀ ਹੈ ਨਾ? ਸਹੀ ਚੱਲ ਰਿਹਾ, ਸਹੀ ਆ, ਸਹੀ ਆ, ਜਮਾ ਸਹੀ ਆ, ਸਹੀ ਤਾਂ ਚੱਲਣੀ ਆ। ਮੈਂ ਤੈਨੂੰ ਪਤਾ ਤਾਂ ਹੈਗਾ ਮੈਂ ਕਿਹੜਾ ਪੀਤੀ ਆ ਵਾਲੀ। ਚਲੋ ਐਂ ਕਰੋ, ਉਹ ਤਾਂ ਤੇ ਡੁੱਲ ਗਈ, ਕੱਦਾ ਤੋਕਾ ਡੁੱਲ ਗਿਆ, ਉਹ ਇਹ ਕਹਿੰਦੇ ਸਾਰਾ ਕਾਰਵਾਈ ਕਰਕੇ ਉਹਦਾ ਕਰਨੀ ਪੈਂਦੀ ਆ ਨਾ, ਫਿਰ ਕਰਨੀ ਪੈਂਦੀ ਆ। ਇੱਕ ਸੱਚ ਭਾਈ, ਢਾ ਪਾਇਆ ਪਪਈ ਮਰਦਾੜਾ ਲਿਆ ਅੰਦਰ, ਹਾਂ ਹਾਂ, ਬੁਰਾ ਲਾ ਮਾਰਾ ਕਰਨ, ਕਿਉਂ ਡਾ ਮਾਰਾ ਕਰਤਾ ਹੂੰ ਮੈਂ ਕਹਿੰਦਾ ਪੁੱਛਣਾ
ਲੇਰ ਪਵਾਤੀ ਤਾਂ ਫਿਰ ਹੁਣ ਜਦੋਂ ਆ ਗਏ ਭਾਈ ਇਹ ਕੀ ਕਰਨ, ਫਿਰ ਆਪਾਂ ਡਾਕਟਰਾਂ ਨੂੰ ਦੋਸ਼ ਦਿੰਦੇ ਆ ਵੀ ਅੰਦਰ ਪਾਈਪਾਂ ਨੀ ਪਾ ਕੇ ਸਫਾਈ ਨੀ ਕਰੀ। ਇਹ ਤਾਂ ਕਹਿੰਦੇ ਚਾਹੇ ਤੁਬਕਾ ਲੰਘ ਜੇ ਚਾਹੇ ਲੀਟਰ, ਸਫਾਈ ਤਾਂ ਇਹ ਕਰਦੇ ਨੇ। ਸਹੀ, ਹਾਂ ਸਫਾਈ ਤਾਂ ਜ਼ਿੰਮੇਵਾਰੀ ਇਹਨਾਂ ਦੀ। ਪਹਿਲਾਂ ਤਾਂ ਕਦੇ ਐ ਹੋਇਆ ਨਹੀਂ ਸੀ, ਪਹਿਲਾਂ ਫਿਰ ਆਪਾਂ ਪੀਤੀ ਵੀ ਨਹੀਂ ਨਾ, ਪਹਿਲਾਂ ਡੋਲ ਦੇ ਵਿੱਚੋਂ ਕੇਰਾਂ ਤੋਂ ਐ ਸਾਗ ਲਾ ਲੈ, ਕੇਰਾਂ ਨੂੰ ਉੱਤੇ ਡੋਲ ਕੇ ਜੇ ਮੰਨ ਲੈ ਵੀ ਪੈ ਗਿਆ, ਉਦੋਂ ਮਗਰੋਂ ਮੇਰੇ ਸਿਰ ਚ ਮਾਰਿਆ ਕਿਸੇ ਨੇ, ਕੁਛ ਐ ਨੀ ਪਤਾ ਲੱਗਿਆ ਕਿਹਨੇ ਮਾਰਿਆ। ਮੈਨੂੰ ਤਾਂ ਉਰੀ ਸੁਰਤਾ ਹੀ ਆ ਫਿਰ ਆ ਕੇ। ਅੱਛਾ, ਹਾਂ ਆਪ ਡਿੱਗੇ ਹੋਊਗਾ ਤਾਂ ਤੁਹਾਨੂੰ ਪਤਾ। ਮੇਰੇ ਤਾਂ ਮੈਨੂੰ ਐ ਲੱਗਿਆ ਸਿਰ ਚ ਮਾਰ ਕੇ ਜਿਵੇਂ ਲਿਆਂਦਾ ਹੁੰਦਾ ਉਰੇ ਸ਼ਕੀਮ ਪਾ ਕੇ, ਮੇਰੇ ਮੁੰਡੇ ਨੇ ਸ਼ਕੀਮ ਪਾਈ ਹੁੰਦੀ। ਅੱਛਾ ਵੀ ਮਗਰੋਂ ਆਪਾਂ ਦੋ ਕਰੋ ਚੱਕ ਦਿਆਂਗੇ, 2 ਲੱਖ ਲਿਆਂਦਾ, 3 ਲੱਖ ਲਿਆਂਦਾ, ਜਿਵੇਂ ਆਪਾਂ ਕਹਿੰਦੀ ਆੜਤ ਨੂੰ ਬੁੜਾ ਦਾਖਲਾ 2 ਲੱਖ ਦੇ ਦੇ, 3 ਫੜ ਲਿਆ 1 ਲੱਖ ਰੁਪਇਆ ਭਾਈ ਮੋਹਾਲੀ ਚੰਡੀਗੜ੍ਹ। ਹੁਣ ਕਿਹੜਾ ਆਇਆ, ਹੁਣ ਚੰਡੀਗੜ੍ਹ ਹੋਊ, ਮੈਂ 2 ਦਿਨ ਹੋ ਗਏ ਪਹਿਲਾਂ ਉਧਰ ਲਗੇ ਤੁਹਾਨੂੰ, ਪਹਿਲਾਂ ਉੱਥੀ ਦਾਖਲ ਸੀ ਮੈਂ ਸਮਝ। ਅੱਛਾ, ਉੱਥੇ ਭਾਈ ਜਿਆਦਾ ਸਪਰੇਅ ਜੀ ਪੀਤੀ ਵਾਲਾ ਆ ਗਿਆ ਇੱਕ। ਅੱਛਾ, ਮਾਰੇ ਲੇਰਾਂ ਭਾਈ, ਅਛੜਾ ਅਛੜਾ ਭੱਜੇ ਡਾਕਟਰਾਂ ਨੂੰ, ਕੋਈ ਦੇਣਾ ਕੀ ਆ ਤੁਹਾਡਾ। ਅੱਛਾ, ਕੰਪਿਊਟਰਾਂ ਦੇ ਮਰੇ ਲੱਤਾਂ ਤਾਂ ਬੀਤੀ ਕਿਉਂ ਤੀ ਓਏ, ਮੇਰਾ ਸਾਲਾ ਦੂਜਾ ਪੀ ਗਿਆ, ਉਹ ਕੱਖਾਂ ਜਲੀ ਪੀ ਗਿਆ, ਤਾਂ ਰਾਉਂਡ ਅਪ ਪੀ ਗਿਆ, ਹੁਣ ਉਹਦਾ ਮੂੰਹ ਵੱਟਿਆ ਪਿਆ, ਬੁਰਾ ਹਾਲ ਭਾਈ ਉਹਦਾ ਤਾਂ। ਅੱਛਾ, ਮੈਂ ਕਿਹਾ ਮਨਾ ਮੈਂ ਮਨਜੇ ਚ ਸੋਚਿਆ ਮਾਂ ਫੇਰ ਵੀ ਚੰਗੇ ਰਹੇ ਆਪਾਂ, ਗਲੀ ਤਾਂ ਨੀ ਹੋਈ। ਆਹੋ, ਮੈਂ ਡਾਕਟਰਾਂ ਨੂੰ ਆਖਿਆ ਮਾਂ ਵੀ ਜਦ ਇਹਨੂੰ ਪਰਾਂ ਲੈ ਜਾਓ, ਨਹੀਂ ਮੈਂ ਇਹਦੇ ਥਾਪੜੇ ਲਾਉ। ਅੱਛਾ, ਹਾਂ ਐਡੀ ਗੱਲ ਹੋ ਗਈ। ਲੈ ਹੋਰ, ਉਹ ਕੰਪਿਊਟਰ ਨੀ ਬੇਚਾਰੀ ਜਿਹੜੀ ਉਰੇ ਖੜੀ ਸੀ, ਉਹ ਇੰਨਾ ਸਕਰੂਰਾਂ ਘੜੀਸ ਲਈ ਮੈਨੂੰ, ਉਹਦੀ ਜਾਨ ਬਾਹਲੀ ਔਖੀ, ਉਹਦੀ ਤਾਂ ਬਾਹਲੀ ਔਖੀ ਜਾਨ ਸੀ। ਉਹ ਇਹਦੇ ਕਿਉਂ ਗੈਲ ਪਿਆ ਖੜਿਆ ਤੂੰ, ਮਹਾ ਇਹਨੂੰ ਖੜਾ ਜਿਹਾ ਕਰਕੇ ਨਾ, ਇਹਨੂੰ ਕੀ ਆ ਮੈਂ ਚੰਗਾ ਭਲਾ ਦਾ ਬੈਠਾ ਯਾਰ, ਤੂੰ ਬਾਅਦ ਨੇ ਢੂ ਲਾ ਲਓ ਮਾੜੀ ਜੀ, ਢੂ ਲਾ ਲਈ, ਲੈ ਫੜ ਲੈ, ਦੱਸ ਢੂ ਲਵਾ ਕੇ ਦੱਸ ਕੀ ਕਰੇਗਾ, ਮਾੜਾ ਹੈ ਬਾਲਾ ਵੀ। ਮੈਂ ਉਹਨੂੰ ਕੁੜੀ ਨੂੰ ਕਹਿਣਾ ਵੀ ਭਈ ਆ ਹੈਂਡਲ ਜਾ ਲੈ ਜਾ, ਕੱਢ ਕੇ ਤਾਂ ਗੈਲ ਪੈ ਗਿਆ ਇਹਦੇ। ਮੇਰੀ ਗੱਲ ਸੁਣੋ, ਮੈਂ ਗੱਲ ਹੋਰ ਦੱਸਦਾ, ਡਾਕਟਰ ਮਿਲ ਗਿਆ ਇਧਰ, ਮਤਾ ਮਾਰਾ ਜੱਪਾ ਮੁੰਡਿਆ। ਅੱਛਾ, ਹਾਂ ਫਿਰ ਬੋਲਿਆ ਨੀ, ਬੋਲਿਆ ਕੀ, ਇਸ਼ਾਰਾ ਕਰਕੇ ਕੁੜੀ ਨੂੰ ਕਹਿੰਦਾ ਇਹਨੂੰ ਬਾਹਰ ਲੈ ਜਾ। ਮਹਾ ਭਾਈ ਮੈਥੋਂ ਹੋ ਗਈ ਗਲਤੀ, ਮੈਨੂੰ ਕੀ ਨਵੀਂ ਜੀ ਉਮਰ ਦਾ ਮੁੰਡਾ, ਤੂੰ ਕਿਹੜਾ ਜਾਣਦਾ ਸੀ, ਉਹੀ ਗੱਲ ਹੈ। ਡਾਕਟਰ ਮੈਨੂੰ 1 ਨੰਬਰ ਲੱਗਿਆ ਭਾਈ, ਡਾਕਟਰ ਨਵਾਂ ਜਿਹਾ ਮੁੰਡਾ ਹੈ, ਹੈ ਬੜਾ ਕਾਰੀਗਰ ਆ, ਕਦੇ ਬਾਹਰ ਬੋਹਰ ਪੜ ਕੇ ਆਇਆ, ਜਾਨ ਬਚਾਤੀ ਵਿਚਾਰੇ ਨੇ, ਨਹੀਂ ਕਹਿੰਦੇ ਹੱਥ ਜਿਹਾ ਸੁਣਦਾ ਬੰਦੇ, ਨਹੀਂ ਭਾਈ ਸਪਰੇਅ ਵਾਲਿਆਂ ਦੀ ਜਾਨ ਬਚਾਉਂਦਾ ਕਦੇ ਬਾਈ, ਹੱਥ ਜਿਹਾ ਸੁਣਦਾ ਬੰਦੇ ਦੇ, ਵਿਚਾਰਾ ਭਾਈ ਬਹੁਤ ਚੰਗਾ। ਮੈਂ ਗੱਲ ਕਰਦਾ ਵੀ ਸਪਰੇਅ ਪੀਂਦੀ ਕਿਉਂ, ਜੇ ਮਗਰੋਂ ਇੰਨਾ ਤੰਗ ਹੋਣਾ ਵੀ ਨਾ ਹੀ ਪੀਓ, ਆਪਾਂ ਕਿਹੜਾ ਪੀਤੀ ਹੈ। ਮਾੜਾ ਜਿਹਾ ਕੁੜੀ ਕੋਲੇ ਪਤਾ ਲੈ ਕੇ ਆਉਣਾ, ਜਾਇਆ, ਹਾਂ ਫਿਰ ਆਪਾਂ ਜਾਇਆ ਜਾਇਆ, ਕੋਈ ਗੱਲ ਨੀ, ਇਹਨੂੰ ਤਾਂ ਸਿੱਧਾ ਕਰ ਜਾ ਓਏ, ਇਦੂ ਬਾਅਦ ਹੈਂਡਲ ਕੁੜੀ ਨੂੰ ਫੜਾ ਜਾ, ਇਹਨੂੰ ਦੱਸਤੀ ਗੱਲ ਆ ਕੇ, ਫਿਰ ਥੱਲੇ ਨੂੰ ਗਿਆ ਇੱਕ ਪਜੀ ਲਾਜ਼ਮੀ ਕੜਾ ਦੇ ਮੇਰੀ, ਆਹ ਲਾਜ਼ਮੀ ਕੜਾ ਦੇ, ਕੋਈ ਨਾ ਚੰਗਾ ਮੈਂ ਕਹਿ ਦੇਣਾ, ਪਰ ਗਿਆ ਉਹਨਾਂ ਨੂੰ ਮੜਾ ਇਹਦਾ ਬਾਲਾ ਅੰਪਿਆ ਪਿਆ, ਮੈਂ ਤਾਂ ਹਾਂ ਹਾਂ ਠੀਕ ਹੈ ਬੀਬੀ, ਨਾ ਦੇਊ ਤਾਂ ਨਾ, ਹੁਣ ਤਾਂ ਠੀਕ ਹੈ, ਹਾਂ ਰੋਟੀ ਤਾਂ ਵੀ ਲੈ ਕੇ ਜਾਂਦਾ ਹੁੰਦਾ, ਹਾਂ ਰੱਖਣਗੇ ਹਲੇ 2-4 ਦਿਨ, ਨਾ ਹਲੇ ਤਾਂ ਰੱਖਣਗੇ, ਹਾਂ ਹਲੇ ਨਹੀਂ ਛੁੱਟੀ ਦਿੰਦੇ, ਨਾ ਮੈਂ ਨਹੀਂ ਗਈ, ਅੱਜ ਜਾਊਂਗੀ ਮੈਂ, ਹਾਂ ਲੈ ਹੁਣ ਤੂੰ ਕਿੱਥੇ ਹਸਪਤਾਲ ਭਾਲਦੀ ਫਿਰੇਂਗੀ ਭਲਾ, ਹਲੇ ਤਾਂ ਮੈਂ ਵੀ ਨਹੀਂ ਗਈ, ਕੋਈ ਨਾ ਜਦੋਂ ਠੀਕ ਹੋ ਗਿਆ ਮੈਂ ਤੈਨੂੰ ਆਪੇ ਦੱਸ ਦੂੰ, ਜਦੋਂ ਘਰੇ ਆ ਗਿਆ ਤੂੰ ਉਦੋਂ ਪਤਾ ਲੈ ਜੀ, ਹਾਂ ਮੈਨੂੰ ਲੈ ਕੇ ਨਹੀਂ ਜਾਂਦਾ, ਮੈਂ ਤਾਂ ਬਥੇਰਾ ਕਹਿੰਦੀ ਮੈਨੂੰ ਲੈ ਜਾ, ਨਾ ਅੱਜ ਤਾਂ ਮੈਂ ਜਾਊਂਗੀ, ਜੇ ਕੋਈ ਗੱਲ ਹੈ ਕੀ ਪਤਾ ਕਿਵੇਂ ਆ ਕਿਵੇਂ ਨਾ, ਕੀ ਪਤਾ ਮੈਂ ਥੋਲਾ ਰੱਖਦੇ ਹੋਣ, ਉਹਦੇ ਕੋਲ ਤਾਂ ਕਿਹਨੇ ਹੋਣਾ, ਕੋਈ ਵੀ ਨਹੀਂ ਹੈਗਾ,
ਹਾਂ ਅੱਜ ਮੈਨੂੰ ਲੱਗਦਾ ਨਾਲ ਤਾਂ ਪ੍ਰਾਹੁਣੇ ਨੂੰ ਕਰਿਆ ਹੋਇਆ ਫੋਨ, ਉਹ ਆਊਗਾ ਨਾਲੇ ਮੇਰਾ ਭਾਣ ਜਾਊਗਾ, ਮੈਂ ਜਾਊਂਗੀ ਅੱਜ ਨਾ ਮੈਨੂੰ ਲੈ ਕੇ ਗਾ ਦੇਖ, ਲੈ ਕੇ ਤਾਂ ਮੈਨੂੰ ਉਹ ਜਾਂਦਾ ਨਹੀਂ, ਮੈਂ ਹਾੜੇ ਕੱਢ ਲਏ ਪਹਿਲਾਂ, ਮੈਂ ਤਾਂ ਕਿਸੇ ਗਵਾਂਢੀਆਂ ਦੇ ਮੁੰਡਿਆਂ ਨੂੰ ਲੈ ਕੇ ਬਗਜੂ, ਜਾਊਂਗੀ ਜ਼ਰੂਰ। ਹਾਂ ਲੈ ਹੋਰ ਪਤਾ ਸੁੱਤਾ ਤਾਂ ਲਵਾਂ, ਮੇਰਾ ਵੀ ਹੱਕ ਬਣਦਾ ਪਤਾ ਸੁੱਤਾ ਲੈਣ ਦਾ, ਮੇਰਾ ਬੰਦਾ ਫਿਰ ਵੀ ਲਾ, ਤੈਨੂੰ ਪਤਾ ਹੀ ਅੱਜ ਕੱਲ੍ਹ ਦੀ ਇਹੀ ਜਿਹੀ ਹੋਈ ਹੈ ਜਵਾਕ, ਤੈਨੂੰ ਪਤਾ ਕਾਹਨੂੰ ਸੁਣਦੇ ਨੇ ਕਿਸੇ ਦੀ ਗੱਲ ਨਾ। ਚੱਲ ਕੋਈ ਨਹੀਂ, ਬਸ ਕੋਈ ਨਾ ਮੈਂ ਤੈਨੂੰ ਦੱਸੂਗੀ, ਜੇ ਠੀਕ ਹੋ ਗਿਆ ਤੂੰ ਉਦੋਂ ਆ ਜੀ, ਪਤਾ ਲੈ ਜੀ। ਹਾਂ ਐਵੇਂ ਭੱਜੜਾ ਪਾਉਣ ਦੀ ਲੋੜ ਨਹੀਂ ਹਲੇ, ਐਵੇਂ ਤੂੰ ਆਵੇਂ ਕਿ ਮੁੰਡਾ ਆਊਗਾ ਕੰਮ ਛੱਡ ਕੇ ਕੀ ਫਾਇਦਾ, ਨਾ ਕੋਈ ਨਹੀਂ ਊਂ ਹਲੇ ਠੀਕ ਹੈ। ਹਾਂ ਚੰਗਾ, ਲੈ ਦੱਸ ਸਾਰਿਆਂ ਨੂੰ ਬਿਪਤਾ ਪਾ ਤੀ ਬਿੰਦ 'ਚ, ਚੰਗੇ ਭਲੇ ਅਗਲੇ ਆਪਦੇ ਘਰ ਬੈਠੇ ਤੇ, ਸਾਰੇ ਭੈਣ ਭਾਈਆਂ ਨੂੰ ਸੋਚ ਖੜੀ ਕਰਤੀ, ਇਹੋ ਜਿਹੇ ਕੰਡੇ ਬੀਜਦੇ ਨੇ ਕੰਜਰ ਜਿਹੜੇ ਚੁਗੇ ਨਾ ਜਾਣ, ਸਿਆਪਾ ਸਾਰੀ ਉਮਰ ਮੇਰੀ ਜਾਨ ਨੂੰ ਰਿਹਾ ਇਹਨਾਂ ਦਾ, ਇਹਨਾਂ ਦਾ ਨਹੀਂ ਮੁੱਕਦਾ, ਮਰ ਜੂੰਗੇ ਇਹਨਾਂ ਦੇ ਸਿਆਪੇ ਕਰਦੀ। ਉਹਦੇ ਭਾਈ ਬੰਦੇ ਦੇ ਆਪਣੇ ਦੇ ਮੈਂ ਘੜੀ ਬੰਨਤੀ ਬਲੱਡ ਪ੍ਰੈਸ਼ਰ ਆ ਰਹੀ, ਉਹਦੇ ਕੋਲੇ ਵਾਰ ਵਾਰ ਜਾਣ ਦੀ ਲੋੜ ਨੀ ਤੁਹਾਨੂੰ। ਬਲੱਡ ਪ੍ਰੈਸ਼ਰ ਚੈੱਕ ਕਰੂ ਉਹ ਸਰੀਰ ਦਾ ਤੇ ਦਿਲ ਦੀ ਧੜਕਣ ਚੈੱਕ ਕਰੂਗੀ, ਅਸੀਂ ਰੋਟੀ ਖਵਾ ਦਈਏ। ਇੰਨਾ ਕਰੀਓ ਨਾ, ਮੈਂ ਸੌਰੀ ਮੰਗਦਾ ਜੀ, ਮੈਂ ਵਧੀਆ ਪੜ੍ਹਿਆ ਲਿਖਿਆ ਮੁੰਡਾ, ਇਹ ਤਾਂ ਜਮਾ ਡੱਲ ਹੈ, ਇਹ ਤਾਂ ਭਾਈ ਡਮਾ ਡੱਲ ਹੈ। ਪਹਿਲਾਂ ਹੌਲੀ ਬੋਲੋ ਪਲੀਜ਼, ਹਸਪੀਟਲ ਲੈ ਹੈ। ਠੀਕ ਹੈ ਭਾਈ, ਚੰਗਾ ਗਲਤੀ ਮੰਨਦੇ ਆ, ਪਰ ਇਹ ਬੰਦੇ ਦੀ ਤੁਸੀਂ ਸੁਣਿਓ ਨਾ, ਇਸੇ ਕਰਕੇ ਉਹ ਬੈੱਡ ਤੇ ਪਿਆ ਹੈਗਾ, ਉਹ ਬੰਦਾ ਸਪਰੇਅ ਪੀ ਗਿਆ, ਤਾਂ ਕਿਆ ਹੋਇਆ? ਮੇਰੀ ਸੁਣਿਓ, ਇਹਦੀ ਨਾ ਸੁਣਿਓ, ਅਸੀਂ ਰੋਟੀ ਖਵਾ ਕੇ ਆਉਂਦੇ ਆ ਭਾਈ, ਇੱਧਰ ਆ ਜਾ ਬਸ, ਰੋਟੀ ਲਿਆ ਮੈਂ। ਕਿੱਥੇ ਰਹੀ ਉਹ? ਆ ਜਾ ਮੈਂ ਦੱਸਦਾ, ਇਹਨੂੰ ਮੇਰੀਆਂ ਅੱਖਾਂ ਤੋਂ ਪਰਾਂ ਲੈ ਜਾ, ਇਹ ਭਲੀ ਚਾਹੁੰਦਾ ਹੈ, ਪਰਾਂ ਵਗ ਜਾ, ਹੋਵੇ ਰੋਟੀ ਜੀ ਧਰ ਜਾ, ਰੋਟੀ ਜੀ ਧਰ ਜਾ, ਵਗ ਜਾ। ਚੰਡੀਗੜ੍ਹ ਹੀ ਬਗ ਜਾ ਚੰਡੀਗੜ੍ਹ ਹੀ ਬਗ ਜਾ ਮਾਰਿਆ ਕੁੱਤੇ ਉਹ ਬਾਬਾ ਗੁਰੂ ਇਹਨੂੰ ਖਵਾ ਦੇ, ਇਹ ਵੀ ਖਾ ਲੂ, ਡੇੜੀ ਵੀ ਖਾ ਲੂ, ਡੇੜੀ ਵੀ ਖਾਓਗੇ, ਖਾ ਲੈਂਦੇ ਆ ਕੋਈ ਨਾ, ਤੂੰ ਖਾ ਲੈ ਕੋਈ ਨਾ, ਜਿਹੜੀ ਖਾਣੀ ਆ ਖਾ ਲਾ, ਮੈਂ ਖਾ ਲੂ। ਤੂੰ ਆਇਆ ਕਿੱਧਰੋਂ ਆ ਓਏ? ਘਰੋਂ ਆਇਆ, ਹੋਰ ਕੀ, ਦਿੱਲੀ ਤੋਂ ਆਇਆ। ਗਿਆ ਤਾਂ ਚੰਡੀਗੜ੍ਹ ਹੋਇਆ ਸੀ, ਉਦੋਂ ਮੇਰੇ ਮਾਰ ਕੇ ਸਿਰ 'ਚ ਕੁਛ ਚੰਡੀਗੜ੍ਹ ਵਗ ਗਿਆ। ਸਿਰ 'ਚ ਕੀ ਮਾਰਿਆ ਤੇਰੇ? ਮੈਂ ਮਗਰ ਦੀ ਮਾਰਿਆ ਯਾਰ, ਤੇ ਮੈਨੂੰ ਪੱਕਾ ਪਤਾ ਹੈ। ਆਹੋ ਸਿਰ 'ਚ ਮਾਰਿਆ ਇਹਨੇ ਕਿਸੇ ਦੇ, ਇੱਕ ਤਾਂ ਹੁੰਦਾ ਪਾਣੀ ਲਿਆ, ਇੱਕ ਤਾਂ ਸੱਕ ਹੁੰਦਾ ਬੰਦੇ ਨੂੰ, ਮੈਨੂੰ ਤਾਂ ਪੱਕਾ ਹੀ ਪਤਾ, ਮੈਨੂੰ ਤਾਂ ਮਾਰ ਕੇ ਰਾਜੀ ਆ ਇਹ। ਆ ਬਾਰੇ ਵਾਟਰ ਕੂਲਰ ਨੂੰ ਪਾਣੀ ਲਿਆ ਦੋ, ਉਰੇ ਸਾਡਾ ਜੱਫ ਪੈ ਜੂ ਯਾਰ, ਇਹਨੂੰ ਚੁੱਪ ਕਰਾ ਲਾ, ਪਾਣੀ ਲਿਆ ਦੇ, ਜੱਫ ਪਾ ਲਾ ਕੇ ਰਾ, ਪੈਪ ਜੀ ਲਾ ਦੇ, ਪੈਪ ਜੀ ਲਾ ਦੇ ਮੇਰੀ ਗੇਰਾ, ਦੇਖੂ ਤੈਨੂੰ ਯਾਰ। ਹਾਂ ਸਾਲਾ ਕਾਲੀਆ ਜਾ, ਬੰਦੇ ਨੂੰ ਬੰਦੀ ਨਹੀਂ ਸਮਝਦਾ ਇਹ, ਕਾਹਨੂੰ ਕੋਲਾ ਯਾਰ, ਉਹਦਾ ਤਾਂ ਵੱਟਿਆ ਪਿਆ ਯਾਰ, ਕਾਹਨੂੰ ਕੋਲਾ ਹੁੰਦਾ, ਹੈ ਸਾਰੀ ਮੇਰੀ ਛਾਤੀ ਵਰਤੀ ਉਹਨਾਂ ਨੇ, ਕਾਹਨੂੰ ਕੋਲਾ ਹੁੰਦਾ, ਮੈਂ ਖਾ ਲੈਣਾ ਕੋਈ, ਛੱਡ ਦੇ, ਖਾ ਲੈ, ਇਹ ਕਿਹੜਾ ਲੰਘ ਲਿਆ ਮੇਰੇ,
ਇਹਦਾ ਪਾਈਪ ਜੀ ਕਢਾਏਗਾ ਕਢਾਉਣੇ ਆ ਜੀ ਰੋਟੀ ਟੁੱਕ ਖਾਓ ਆਪਾਂ ਜਦੋਂ ਬਾਹਰ ਅੰਦਰ ਜਾਵਾਂਗੇ ਉਦੋਂ ਪਾਈਪ ਕਢਾ ਦਾਂਗੇ ਔਖਾ ਹੋਇਆ ਪਿਆ ਛੱਡਦੇ ਤਾਂ ਮੈਂ ਖਾ ਲਾਂ ਪੁਰਾ ਆ ਢਿੱਲ ਮੱਠ ਚ ਤਾਂ ਬੰਦਾ ਹਨਾ ਕਈ ਵਾਰ ਹੱਥ ਥੁੱਕ ਜੇ ਉੱਤੇ ਡੁੱਲ ਜਾਂਦੇ ਦਾਲ ਦੂਲ ਮੈਂ ਤਾਂ ਬਰੋਬਰ ਬਹਿ ਗਿਆ ਤੁਹਾਡੇ ਨਾ ਵਧੀਆ ਸਿਆਣੀ ਗੱਲ ਆ ਹਾਂ ਮਾਸੀ ਮੈਂ ਵਗ ਗਿਆ ਸੀਗਾ ਦੋ ਹਸਪਤਾਲਾਂ ਚ ਮੈਂ ਫਰੋਲਿਆ ਮਾਸੜ ਮਿਲਿਆ ਨੀ ਮੈਨੂੰ ਕਿਤੇ ਐ ਤਾਂ ਮੈਂ ਹੁਣ ਦੁਕਾਨ ਵਾਲੇ ਨੂੰ ਪੁੱਛਿਆ ਸੀਗਾ ਮੈਂ ਸੇਰਾ ਮਾਸੜ ਮੇਰਾ ਸਪਰੇਅ ਪੀ ਗਿਆ ਨਾ ਮਾਸੀ ਮੈਂ ਜਿਹੜੇ ਸਪਰੇਅ ਵਾਲੇ ਦੁਕਾਨਾਂ ਨੇ ਮੰਗਦੇ ਇੱਥੋਂ ਲੈ ਕੇ ਪੀਤੀ ਹੋਵੇ ਮੈਂ ਦੋ ਹਸਪਤਾਲ ਫਰੋਲਿਆ ਮਾਸੜ ਮਿਲਿਆ ਨੀ ਮੈਂ ਤੀਜੇ ਚ ਵਗ ਗਿਆ ਉਹਦੇ ਸਾਹਮਣੇ ਬੈਠਾ ਥੋੜੀ ਜਿਹੀ ਦੂਰ ਆ ਮੈਨੂੰ ਬਸ ਇੱਕ ਰਸਕਾ ਉਡੀਕ ਰਿਹਾ ਜਾਂ ਕੋਈ ਭੂੰਡ ਪੱਪਾ ਜਾ ਜੇ ਫਿਰ ਮੈਂ ਵਗ ਜੂੰਗਾ ਹਾਂ ਜਾਂਦਾ ਮੈਂ ਬਸ ਤੂੰ ਬੇਸੋਚ ਹੋ ਜਾ ਮੈਂ ਨੀ ਮਰਨ ਦਿੰਦਾ ਪੈਸਾ ਟਕਾ ਮੈਂ ਲੈ ਕੇ ਆਇਆ ਸੀਗਾ ਨਾਲ ਤੇਰਾ ਮਾਸੜ ਲੱਭ ਜੇ ਨਾ ਕੋਈ ਨੀ ਤੂੰ ਦੋਵਾਂ ਭੈਣਾਂ ਨੂੰ ਇਕੱਠੀਆਂ ਕਰਦਾ ਇੱਕ ਥਾਂ ਤੇ ਮੈਂ ਜਾਣਦਾ ਚੰਗਾ ਮਾਸੀ ਮੈਂ ਤੈਨੂੰ ਫਿਰ ਦੱਸਦਾ ਚੰਗਾ ਮਾਸੀ ਨਾ ਮਾਸੜ ਮਰਦਾ ਨਾ ਮਾਸੀ ਰੰਡੀ ਹੁੰਦੀ ਹੈ ਇਹਨਾਂ ਦਾ ਤਾਂ ਰੰਡੀ ਰੋਣਾ ਹੀ ਚੱਲਦਾ ਰਹੂ ਉਹ ਮੁੰਡਾ ਜਾਂ ਚੰਡੀਗੜ੍ਹ ਫਿਰਦਾ ਉਹ ਨਹੀਂ ਹੱਥ ਲੱਗਦਾ ਆਪਾਂ ਤਾਂ ਮੈਸ ਦੇਖ ਕੇ ਆਉਂਦੇ ਹਾਂ 2 ਵੱਜ ਗਏ ਜਾਈਏ ਧਾਰ ਦਾ ਟਾਈਮ ਹੋ ਜੂਗਾ ਡਾਕਟਰ ਸਾਹਿਬ ਕਿਵੇਂ ਰਹੀ ਮੇਰੇ ਡੈਡੀ ਹਾਂ ਪਹਿਲਾਂ ਨਾਲੋਂ ਕਾਫੀ ਠੀਕ ਨੇ ਠੀਕ ਨਹੀਂ ਹਾਂ 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 ਕੋਈ ਗੱਲ ਨਹੀਂ ਰਿਕਵਰੀ ਹੋ ਜੂ ਹੌਲੀ ਹੌਲੀ ਅਤੇ ਉਹਦੇ ਵਿੱਚ ਸਿਸਟਮ ਪਤਾ ਕੀ ਆ ਦੇਖੋ ਚਾਹੀਦੀ ਹੈ ਨਾ ਮੈਂ ਤੁਹਾਨੂੰ ਪੰਜਾਬੀ 'ਚ ਗੱਲ ਸਮਝਾਉਣਾਗਾ ਹਾਂਜੀ ਚਾਹੀਦੀ ਅੰਦਰ ਦਵਾਈ ਦਾ ਇੱਕ ਤੁਬਕਾ ਲੰਘ ਗਿਆ ਹਾਂਜੀ ਚਾਹੀਦੀ ਉੱਤੇ ਡੁੱਲ ਗਿਆ ਹੈ ਨਾ ਇੱਕ ਵਾਰ ਆਪਾਂ ਆਪਦੇ ਵੱਲੋਂ ਹੈ ਨਾ ਸ਼ੱਕ ਕਲੀਅਰ ਕਰਨਾ ਹੁੰਦਾ ਗਾ ਇੱਕ ਵਾਰ ਤਾਂ ਆਪਾਂ ਬੋਡੀ ਪੂਰੀ ਵਾਸ਼ ਕਰਾਂਗੇ ਹਾਂ ਉਹ ਤਾਂ ਠੀਕ ਹੈ ਜੀ ਮੈਂ ਤੁਹਾਨੂੰ ਗੱਲ ਦੱਸਾਂ ਜੀ ਇਹਨੇ ਪਹਿਲੀ ਵਾਰ ਨਹੀਂ ਜੀ ਇਹ ਚਾਂਸ ਹੋਇਆ 2-3 ਵਾਰ ਪਹਿਲਾਂ ਵੀ ਪੀ ਲਈ ਹੁਣ ਤਾਂ ਇਹਨੂੰ ਸਪਰੇਅ ਜਿਵੇਂ ਹਾਜ਼ਮ ਜੀ ਹੋਣ ਲੱਗ ਗਈ ਕੁਝ ਨਹੀਂ ਹੁੰਦਾ ਜੀ ਨਹੀਂ ਨਹੀਂ ਉਹ ਨਾ ਜਦੋਂ ਇੱਕ ਤਰ੍ਹਾਂ ਦੀ ਜੇ ਚੜ ਵੀ ਜਾਵੇ ਨਾ ਤਾਂ ਵੀ ਉਹ ਅੰਦਰ ਜਿਹੜੇ ਆਪਣੇ ਅੰਗ ਨੂੰ ਉਹਦੇ ਇਫੈਕਟ ਦਾ ਪੈਂਦਾ ਅੱਛਾ ਜੀ ਠੀਕ ਹੈ ਤਾਂ ਤੁਸੀਂ ਦੇਖੋ 2-3 ਦਿਨ ਹਜੇ ਆਪਾਂ ਇਹਨਾਂ ਨੂੰ ਹੋਰ ਰੱਖਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਅਲਟਰਾਸਾਊਂਡ ਕਰਾ ਕੇ ਸੀ ਟੀ ਸਕੈਨ ਕਰਕੇ ਸਾਰਾ ਕੁਛ ਠੀਕ ਆ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਛੁੱਟੀ ਦੇ ਦਾਂਗੇ ਠੀਕ ਹੈ ਜੀ ਆਪਦਾ ਕਾਰਵਾਈ ਜਿਹੜੀ ਤੁਸੀਂ ਕਰਨੀ ਹੈ ਕਰ ਲਓ ਹੁਣ ਉਹਨੂੰ ਕੁਝ ਵੀ ਨਹੀਂ ਜੀ ਇਹਨਾਂ ਦੀ ਫੀਸ ਕਿੰਨੀ ਆ ਗਈ ਸੀ 20,000 ਆ ਗਈ ਸੀ ਕਿ ਸਰ ਤੁਸੀਂ ਐਂ ਕਰਿਓ 10,000 ਰੁਪਇਆ ਹੋਰ ਜਮ੍ਹਾਂ ਕਰਾ ਦਿਓ ਰਿਸੈਪਸ਼ਨ ਤੇ ਅੱਛਾ ਜੀ ਤੇ ਹਾਂ ਤੇ ਬਾਕੀ ਕੋਈ ਗੱਲ ਨਹੀਂ ਹੁਣ ਸੇਫ ਨੇ ਜਮ੍ਹਾਂ ਹਨਾ ਘਬਰਾਉਣ ਦੀ ਕੋਈ ਗੱਲ ਹੈ ਨਹੀਂ ਦੁਆ ਛੁੱਟੀ ਮਿਲ ਜੂਗੀ ਜੀ ਹਾਂ ਮੈਨੂੰ 2 ਦਿਨ ਦਿਓ ਪਲੀਜ਼ 2 ਦਿਨ ਮੈਂ ਆਪਦੀ ਤਸੱਲੀ ਕਰਾਂ ਇੱਕ ਵਾਰ ਮੜਾ ਜੀ ਤੁਸੀਂ ਦੇਖ ਲਓ ਹਨਾ ਨਹੀਂ 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 ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮੈਂ ਤੁਹਾਡੀ ਗੱਲ ਸਮਝਦਾ ਹਨਾ ਠੀਕ ਹੈ ਜੀ ਹਾਂ ਸਾਡੀ ਰਿਸਪੋਨਸਿਬਿਲਟੀ ਹੈ ਪੂਰੀ ਬਸ ਠੀਕ ਹੈ ਜੀ ਪੈਸੇ ਕਦੋਂ ਜਮ੍ਹਾਂ ਕਰਾ ਦੀ ਤੁਸੀਂ ਸ਼ਾਮ ਤੱਕ ਕਰਾ ਦਿਓ ਕੋਈ ਗੱਲ ਨਹੀਂ ਤੇ ਇੱਕ ਨਾ ਥੋੜਾ ਜਿਹਾ ਜਿਹੜੇ ਕੋਈ ਨਾਲ ਹਨਾ ਵੀ ਇੱਕ ਬੰਦੀ ਰਹੇ ਮਰੀਜ਼ ਨਾਲ ਪਤਾ ਕੀ ਹੈ ਜੀ ਦੇਖੋ ਉਹ ਜਿਹੜੇ ਨਾਲ ਆਏ ਨੇ ਅੱਜ ਉਹ ਥੋੜਾ ਜਿਹਾ ਜ਼ਿਆਦਾ ਸ਼ੋਰ ਕਰ ਰਹੇ ਨੇ ਨਾਲ ਜਿਹੜੇ ਹੋਰ ਪੇਸ਼ੈਂਟ ਨੇ ਸਾਰੇ ਹਨਾ ਡਿਸਟਰਬ ਹੁੰਦੇ ਮੈਂ ਤਾਂ ਜੀ ਦੇਖੋ ਪੜ੍ਹਿਆ ਲਿਖਿਆ ਮੁੰਡਾ ਜੀ ਮੈਂ ਦੱਸਿਆ ਵੀ ਗਈ ਮੈਂ ਮਤਲਬ ਮੈਂ ਰਹਿ ਕੇ ਰਾਜੀ ਇੱਥੇ ਉਹ ਮੇਰੇ ਭਾਪੇ ਦੀ ਮੇਰੇ ਨਾਲ ਬਣਦੀ ਨਹੀਂ ਜੀ ਤਾਂ ਹੀ ਸਾਬ ਕਰਾਵਾ ਕੌਣ ਮੈਨੂੰ ਲੱਗਦਾ ਸਰ ਉਹੀ ਪੇਸ਼ੈਂਟ ਜਾ ਕੇ ਦੇਖਿਓ ਮੜਾ ਜਾ
ਦੇਖੋ ਜੀ ਮੜਾ ਉਹ ਨਾ ਜੀ ਮਤਲਬ ਮੈਂ ਤਾਂ ਰਹਿ ਕੇ ਰਾਜੀ ਹਾਂ ਓਕੇ ਉਹ ਖਰਾਬ ਬੜਾ ਜੀ ਪ੍ਰਾਹੁਣਾ ਜੀ ਸਾਡਾ ਉਹ ਅਸੀਂ ਕਹਿ ਨਹੀਂ ਸਕਦੇ ਚਲੋ ਤੁਸੀਂ ਮੜਾ ਜਿਹਾ ਹਨਾ ਉਹਨਾਂ ਨਾਲ ਡੀਲ ਕਰੋ ਹਨਾ ਪਿਆਰ ਨਾਲ ਜਿਵੇਂ ਵੀ ਤੇ ਤੁਸੀਂ ਰਹੋ ਆਪਦੇ ਫਾਦਰ ਸਾਹਿਬ ਕੋਲ ਹਨਾ ਮਤਲਬ ਥੋੜਾ ਜਿਹਾ ਆਊਟ ਜਿਹਾ ਲੱਗਦਾ ਹੋਰ ਕੋਈ ਸਿਸਟਮ ਨਹੀਂ ਹੈਗਾ ਬਾਰੇ ਜਾਂਦਾ ਮੈਂ ਗੇਟ ਤੇ ਗੇਟ ਤੇ ਪਹਿਲਾਂ ਬਾਰੇ ਜਾ ਕੇ ਆ ਦੇਖ ਲਓ ਜੀ ਹੁਣ ਕੀ ਕਰੀਏ ਬੁਲਾਈ ਦਿਓ ਹੁਣ ਸੁਨਾਮ ਆ ਮੈਂ ਤਾਂ ਸੌਰਾ ਜਿਹਾ ਦਾਖਲਾ ਮੇਰਾ ਯਾਰ ਸਪਰੇਅ ਜੀ ਪੀ ਗਿਆ ਹੋਰ ਤਾਂ ਕੀ ਹੋ ਗਿਆ ਉਹੀ ਮਰਨਾ ਦੁਨੀਆ ਨੇ ਗੱਲ ਨੀ ਬਾਤ ਨੀ ਹਾਂ ਇੱਥੇ ਹੀ ਬੈਠਾ ਮੈਂ ਤਾਂ ਤੜਕੇ ਦਾ ਗਿਆ ਹੋਇਆ ਮੈਂ ਓਏ ਓਏ ਬਾਤ ਕਰਦਾ ਡਾਕਟਰ ਪਾ ਕੇ ਤੁਸੀਂ ਡਾਕਟਰ ਪਾ ਕੇ ਫੇਰ ਕਰਦਾ ਅੰਦਰ ਦਾ ਫਿਰ ਲਾਈਟਾਂ ਦਸ ਰੁਪਏ ਟੇਕ ਦੇ ਹੋਰ ਉਹ ਠੀਕ ਹੈ ਨਾ ਕਿਉਂ ਲਟਕਾ ਦੀ ਥੱਲੇ ਚੱਕ 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 ਡੈਡੀ ਜੀ ਦੀ ਪਾਈਪ ਚੱਕ ਡੈਡੀ ਜੀ ਦੀ ਪਾਈਪ ਓ ਬੋਲਿਓ ਮੇਰੀ ਮਾਸੀ ਦੀ ਝੋਲੀ ਚ ਮੇਰਾ ਮਾਸੜ ਫੇਰ ਦੇ ਬਾਰੇ ਪਾ ਤਾ ਉੱਪਰ ਵਾਲੇ ਦਾ ਸ਼ੁਕਰ ਹੈ ਛੜਾ ਸੁੱਖ ਨਾ ਮੰਗੀ ਤੂੰ ਉੱਪਰ ਵਾਲੇ ਨੇ ਕੋਈ ਨਹੀਂ ਪਾ ਅਸੀਂ ਕੱਟੀਆਂ ਨੇ ਰਾਤਾਂ ਛੋਡੇ ਵਰਗਾ ਕਿਹੜਾ ਮਾਂ ਕਰਾਉਂਗਾ ਛੱਡ ਇਹਨੂੰ ਛੱਡ ਦੋ 28 ਫੋਨ ਕਰਤੇ ਤੂੰ ਟਾਈਮ ਤੇ ਨਹੀਂ ਆਇਆ ਤੈਨੂੰ ਐਂ ਦੀ ਪੈਸੇ ਨਾ ਮੰਗ ਲੈਣਾ ਨਾ ਪੈਸੇ ਬਥੇਰੇ ਮੈਂ ਇਸ ਵਿੱਚ ਕਿ ਰਿਹਾ ਆਇਆ ਹੁਣ ਪੈਸੇ ਵਾਧੂ ਕਲਾਬਾ ਵਿੱਚ ਆ ਮੈਂ ਇਸੇ ਨੇ ਗੱਲਾਂ ਆਉਂਦੀਆਂ ਨੇ ਜਲੂਸ ਕਢਾਉਂਦੇ ਫਿਰਦੇ ਹੁਣ ਆ ਓਏ ਮੋੜ ਡਾਕਟਰ ਨੇ ਕਿਹਾ ਕਹਿੰਦਾ ਮੜੀ 5 ਮਿੰਟ ਹਵਾ ਲਵਾ ਲਿਓ ਪੇਸ਼ੈਂਟ ਨੂੰ ਹੋਰ ਪੱਖਾ ਚੱਲੀਏ ਛਕਤਾਈ ਕਰਤੀ ਡਾਕਟਰ ਨੇ ਪੱਖਾ ਕਿਉਂ ਗੇੜੀ ਵਾਧੂ ਆ ਹੋਰ ਹੁਣ ਗਾਇਸ ਟਿੰਪੜੀ ਕੋ ਜਾਣਾ ਤੂੰ ਮੈਨੂੰ ਦੇਖ ਨਾ ਜਾਈ ਟਿਕਣਾ ਮੇਰੇ ਕੀ ਗੋਲੀ ਬੱਜੇ ਕੋਣੇ ਵਰਗਾ ਮੋਟਰ ਤੇ ਜਾਵਾਂਗੇ ਭਾਈ ਇਹਦੇ ਚੱਲਾਂਗੇ ਮੋਟਰ ਹੈ ਗੱਡੀ ਇਹਦਾ ਭਾਈ ਆਖਰੀ ਸੜਕ ਦਾ ਘਰ ਦਿਖਾ ਕੇ ਲਿਓ ਨਹੀਂ ਤੁਸੀਂ ਇਹਦਾ ਭਾਈ ਜਾਂਦੀ ਵਾਰ ਦੀ ਆ ਕੰਮ ਹੁਣ ਤਾਂ ਮੈਨੂੰ ਕਹੂਗਾ ਤੁਸੀਂ ਪਲੀਜ਼ ਨਿਕਲ ਆ ਗਏ ਜਾ ਮਾ ਕਿਹੜਾ ਡੰਗਰ ਪਸ਼ੂ ਦੇਖਿਆ ਮੈਂ ਫੇਰ ਆਉਣਾ ਆ ਗਏ ਸੀ ਬਿਮਾਰ ਹੋ ਤੁਸੀਂ ਉਤਰੋ ਉਹ ਬਿਮਾਰ ਕਿੱਥੇ ਬੋਤਲ ਫੜਾ ਬੋਤਲ ਫੜੋ ਯਾਰ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਅਸੀਂ ਤਾਂ ਕੋਣੇ ਵਰਗਾ ਕੁੰਡੀ 5 ਮਿੰਟਾਂ 'ਚ ਮੁੜੇ ਜੀ ਦੀ ਆਖਰੀ ਸਹਿ ਦੀ ਰੂਹ ਭਟਕਦੀ ਰਹੂ ਇਹ ਬੰਦੇ ਦੀ ਗਤੀ ਨਹੀਂ ਹੋਣੀ ਜੀ ਅਸੀਂ ਆ ਇੱਥੇ ਆ ਲੂ ਆ ਗਏ ਮੈਂ ਡਾਕਟਰ ਚੜੂ ਇਧਰੋਂ ਡਾਕਟਰ ਆ ਚੜੂ ਇਧਰੋਂ ਬੋਤਲ ਦਾ ਬੰਦ ਆ ਡੈਡੀ ਜੀ ਉਹ ਦੇਖ ਲਓ ਕਿਹੜਾ ਹੁਣ ਤਾਂ ਨਹੀਂ ਵਾਪਸੀ ਹੋਈ ਨਾ ਹੁਣ ਤਾਂ ਨੀਵੀਂ ਆ ਫਿਰ ਇਹ ਨੀਵੀਂ ਤਾਂ ਹੈਗੀ ਬੰਦ ਕਰਤੀ ਵਾਪਸੀ ਨਹੀਂ ਹੁੰਦੀ ਫਿਰ ਹੁੰਦੀ ਨਹੀਂ ਨਾ ਚਲ ਐਂ ਤਾਂ ਤੈਨੂੰ ਭੇਜਦਾ ਫਿਰ ਦੇਖੀ ਜੇ ਨਾ ਮੜਾ ਹਾਰਟ ਬੀਟ ਦੇਖਿਓ ਕਿੰਨੀ ਹੋ ਗਈ ਘੜੀ ਦੇਖੋ ਘੜੀ ਦਿਲ ਜਾ ਕਿੰਨੇ ਤੇ ਆ ਇਹਦਾ 250 ਤੇ ਆ ਕੋਈ ਬਾਲਾ ਨਹੀਂ 250 ਤੇ ਕੋਈ ਬਾਲਾ ਨਹੀਂ ਠੇਕੇ ਤੇ ਖੜਿਆ ਨਾ ਬਲੱਡ ਤਾਂ ਨਹੀਂ ਵੱਧ ਗਿਆ ਮੇਰਾ ਹੱਥ ਨਹੀਂ ਨਹੀਂ ਸਾਰੇ ਆ ਕੇ ਨਹੀਂ 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 ਵੱਧਾ ਅੱਛਾ ਇਹ ਤਾਂ ਹੀ ਤਾਂ ਲਿਆਂਦੀ ਆ ਵੀ ਚੱਲ ਕਈ ਵਾਰ ਕੰਪਿਊਟਰ ਨਹੀਂ ਉਹਨਾਂ ਭਰਾ ਉਹ ਜੇ ਕੰਮ ਕਰੂਗੀ ਮੈਂ ਤੈਨੂੰ ਹੋਰ ਦੱਸਦਾ ਹਾਂਜੀ ਲੋਕਾਂ ਨੂੰ ਤਾਂ ਤੋੜ ਲੱਗਦੀ ਆ ਦਾਰੂ ਦੀ ਹਾਂ ਮੈਨੂੰ ਤਾਂ ਮੇਰੇ ਸਾਲ ਦੀ ਭੁੱਖ ਲੱਗਦੀ ਆ ਦਾਰੂ ਦੀ ਚਲੋ ਕੋਈ ਗੱਲ ਨਹੀਂ ਮਟਿਆਰ ਨੇ 2 ਮਿੰਟ ਖੜੋ ਬਾਲਾ ਔਖਾ ਤੀ ਓਏ ਆ ਰਿਹਾ ਕਿੱਥੇ ਰਹਿ ਗਿਆ ਓਏ ਕਿੱਧਰ ਗਿਆ ਉਹ ਮੈਂ ਇਸ ਵਿੱਚੀ ਹੋਈ ਉਹਦੀ ਲਿਆ ਕੇ ਫੜ ਕੇ ਆ ਜਾ ਬਾਜੀ ਬਾ ਪਰ ਇੱਕ ਗੱਲ ਆ ਮੇਰੇ ਹਾਲੀ ਆਪਾਂ ਬੈਂਡਿਗਰੀ ਵਾਲੀ ਪੀਤੀ ਹੋਈ ਆ ਇਹ ਨਸ਼ੇ ਨਹੀਂ ਕਰਨਾ ਮੈਨੂੰ ਵੀ ਨਹੀਂ ਲੱਗਦਾ ਹੈ ਇਹਦਾ ਝੱਗ ਜੀ ਵਾਲੀ ਦਾਰੂ ਲੈ ਓਏ ਬਹੁਤ ਸੋਹਣੀ ਆ ਕਿਹੜੀ ਆ ਓਏ ਛੋੜੀ ਨੂੰ ਫੁੱਲ ਲੱਗੇ ਨੇ ਪੰਜਾਬ ਰਾਣੋ ਹੈ ਘਰ ਥੱਲੇ ਧਰ ਦੇ ਇਹਨੂੰ ਹੁਣ ਬਣਾ ਦਾਂਗੇ ਰਾਣਾ ਐਂ ਕਰ ਪੇਗ ਪਾ ਕੇ ਦੇ ਡੈਡੀ ਜੀ ਨੂੰ ਮੈਂ ਮੜੀ ਇਹ ਬੋਤਲ ਖਾਲੀ ਕਰਦਾ ਪੰਜਾਬ ਵਾਲੀ ਮੈਨੂੰ ਫੜਾ ਦੇ ਪਸਾਬ ਤੁਸੀਂ ਆਹ ਫੜ ਲਓ ਜੀ ਇਹ ਮੈਂ ਬੜਾ ਖਾਲੀ ਕਰਦਾ
ਫਿਰ ਆਇਆ ਨੂੰ ਕਰਦੇ ਪਰਾਂ ਲੈ ਜਾ ਕੇ ਕਰਦੇ ਆ ਇਧਰ ਨੂੰ ਕਰਕੇ ਕਰਦਾ ਨਾ ਮੈਂ ਇੱਥੇ ਕਰਦਾ ਇੱਥੇ ਕਰਦੇ ਕਲਾਸ ਹੈਗੇ ਬੱਦੂ ਚਲ ਪਹਿਲੇ ਪਾਸੇ ਪਾ ਕੇ ਜਾਂਦੇ ਆ ਨਹੀਂ ਨਹੀਂ ਇੱਥੇ ਪਾ ਲੈ ਗਏ ਨਾ ਆਪਣੇ ਕੋਲੇ ਮੈਂ ਤੈਨੂੰ ਐਂ ਕਹਿਣਾ ਤੂੰ ਤੇਰੇ ਮਾਸੜ ਨੂੰ ਪੇਕ ਦੇ ਮੈਂ ਖਾਲੀ ਕਰਨਾ ਇੱਧਰ ਦੀ ਪਾਈ ਜਾਓ ਜੀ ਇੱਧਰ ਦੀ ਕੱਢੀ ਜਾਓ ਖਰਾਬ ਨਾ ਹੋ ਜੇ ਕੰਮ ਆਏ ਮਾਹ ਨਹੀਂ ਖਰਾਬ ਤੇ ਪਾਓ ਕੁੱਟਾ ਮਾਸੜ ਜੀ ਕਿੰਨੀ ਕੁ ਪਾ ਦਾਂ ਥੋੜੀ ਜੀ ਪਾ ਦੇ ਹੁਣ ਕੀ ਡਬਾਉਣਾ ਮਾਸੜ ਤੈਂ ਲੈ ਬੱਸ ਪਾਣੀ ਪਾ ਦਾਂ ਉਹ ਬੱਸ ਪਾਣੀ ਤੂੰ ਮੇਰਾ ਸਾਲਾ ਦੇਖ ਲਾ ਉਹ ਪਾਣੀ ਪਾ ਲਾ ਮਸਲਾ ਪਾਣੀ ਪਾ ਲਾ ਕਿੱਥੋਂ ਖੁੱਲੂ ਇਹ ਕੌੜੀ ਹੋਊਗੀ ਪਾਣੀ ਦੀ ਲੋੜ ਨਹੀਂ ਮੇਰੇ ਤਾਂ ਪੱਟਾ ਪੁੱਜਾ ਪੈ ਰੋਟੀ ਰਾਟੀ ਉਰੇ ਇਕੱਠੀ ਹੋਈ ਖੜੀ ਤੀ ਸਮਝੇ ਅੰਦਰ ਮਾਰੂ ਇਹ ਤਾਂ ਥੱਲੇ ਮਾਰੂ ਪੈਗੀ ਥੱਲੇ ਪਾਣੀ ਕਾਹਨੂੰ ਪਤਾ ਲੜਾ ਆਹ ਅੜਕੀ ਹੋਈ ਹੈ ਕਾਸੇ ਚ ਓਏ ਇਹ ਕਾਹਨੂੰ ਕੋਈ ਇਧਰੋਂ ਖਿੱਚੀ ਜਾਂਦਾ ਓਹ ਗਲਤੀ ਹੋ ਗਈ ਗਲਤੀ ਹੋ ਗਈ ਗਲਤੀ ਲੈ ਪਾਓ ਉਸਨੇ ਕਿ ਪਾ ਪਾਣੀ ਜਾ ਕੋ ਪਤਾ ਓਏ ਦੇਖੀ ਓਏ ਪਾ 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 ਤੁਸੀਂ ਵੀ ਲਾ ਲਿਓ ਤੁਸੀਂ ਵੀ ਲਾ ਲਿਓ ਕੋਈ ਨਾ ਲਾਵਾਂਗੇ ਜੀ ਤੁਸੀਂ ਮਟਿਓ ਭੁੱਖ ਪ੍ਰਾਹੁਣੇ ਖਰਜਾ ਓ ਪ੍ਰਾਹੁਣੇ ਓ ਖਰਜਾ ਪ੍ਰਾਹੁਣਾ ਕੀ ਕਰੇ ਅੱਖਾਂ ਮੀ ਚਲੋ ਮਾੜਾ ਸਰੀਰ ਨੂੰ ਧਣੋ ਇਹਨੂੰ ਕਿਉਂ ਖਿੱਚੀ ਜਾਂਦਾ ਇਧਰੋਂ ਨਾ ਨਾ ਇਹ ਤਾਂ ਢਿੱਲੀ ਹੈ ਖਿੱਚਣੀ ਪੈ ਸਕਦਾ ਮਾੜਾ ਲਿਖ ਲਈ ਉਹ 150 ਯਾਦ ਰੱਖੀ ਚੰਗਾ ਰਾਤ ਪਾ ਕੇ ਛੱਡੇਗਾ ਤੂੰ ਗੱਲ ਨੀ ਬਾਤ ਨੀ ਹੁਣ ਮਾਰੂ ਸਾਰੀ ਅੰਦਰੋਂ ਪੱਟ ਕੇ ਸਪਰੇਅ ਸਪਰੂ ਕਿੱਥੇ ਛੱਡੂਗੀ ਵੱਡੇ ਵੱਡੇ ਮਾਰੇ ਪੱਟ ਕੇ ਖੜ ਗਿਆ ਕੰਮ ਖੜ ਗਿਆ ਡੈਡੀ ਜੀ ਬੜਾ ਲਾਓ ਜ਼ੋਰ ਲਾਓ ਮਾੜਾ ਜਾ ਪੇਡੂ ਨੂੰ ਜ਼ੋਰ ਲਾਓ ਬਸ ਬਸ ਇਹ ਤਾਂ ਆਪਦੇ ਆਪ ਆਉਂਦਾ ਹੁੰਦਾ ਚੱਲ ਚੱਲ ਇਧਰੋਂ ਬੰਦ ਕਰ ਦੇ ਬੰਦ ਕਰ ਤੇ ਟੱਕਣ ਲਾਤਾ ਚਾਲ ਛੱਡ ਦੋ ਇਹਨੂੰ ਚੱਲ ਮੜਾ ਪਾਣੀ ਪਾਓ ਹੱਥਾਂ ਤੇ ਇਹ ਤਾਂ ਸਰਬਤ ਦੀ ਤੁਸੀਂ ਐਂ ਕਰੋ ਓਏ ਸਾਲਾ ਸਰਬਤ ਦਾ ਪੀ ਲੈਣਾ ਸਾਲਿਆ ਜਿਹੜਾ ਕੰਮ ਤੇਰੇ ਕਰਨਾ ਥੋੜੇ ਤੋਂ ਕਰਾਈ ਜਾਂਦਾ ਡਾਕਟਰ ਨਾ ਜੀ ਇੱਕ ਪੇਗ ਲਾ ਕੇ ਚੱਲੋ ਮੈਨੂੰ ਚਲੋ ਭਾਈ ਚਲੋ 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 ਹੋਰ ਹੱਥਾਂ ਦੀ ਰੋਟੀ ਵੀ ਲਿਆਉਣੀ ਓ ਪਾਣੀ ਪਾ ਲਾ ਕਿਉਂ ਮਰੇਗਾ ਤੂੰ ਵੀ ਇਹਨੇ ਤਾਂ ਮਰਨਾ ਛੱਡ ਕੇ ਆਓ ਮੈਨੂੰ ਉੱਥੇ ਚਲੋ ਭੈਣ ਦੀ ਮਰਾ ਗਿਆ ਪਾਣੀ ਪਾਉਣ ਨੂੰ ਇਹ ਚ ਹੈ ਕਿ ਨਿਹਰਾ ਪਾਣੀ ਹੈ ਇਹ ਚਲੋ ਚਲੋ ਹੱਕ ਓਏ ਤੀਜੀ ਵਾਰੀ ਕੜ ਕੜ ਪੀਨਾ ਪਹਿਲੇ ਤੋੜਦੀ ਮੈਨੂੰ ਨਹੀਂ ਅਸਰ ਕਰਦੀ ਇਹ ਆਉਂ ਇਹ ਲੀਕ ਹੋ ਗਈ ਓਏ ਹੈ ਆ ਲੀਕ ਹੋ ਗਈ ਲੀਕ ਹੋ ਗਈ ਨਵੀਂ ਲਵਾਉਣਾ ਚੱਲ ਕੇ ਚੱਲ ਕੇ ਲਾਉਣਾ ਚਲੋ ਚੱਕ ਲਾਓ ਸਮਾਨ ਸਾਰਾ ਚਲ ਓਏ ਚੱਕ ਸਮਾਨ ਸਾਰਾ ਆ ਸਾਲਾ ਕਿ ਮੈਂ ਇਸ ਵਿੱਚ ਹੀ ਹੋਇਆ ਕਿਹੜੀ ਵਿੱਚ ਆ ਦੁੱਕੀ ਤੇ ਮੇਰੇ ਹਾਲ ਨੇ ਉਹੀ 70 ਵਾਲੀ ਲੈ ਕੇ ਦੇਤੀ ਇੱਧਰ ਜਾ ਇੱਧਰ ਜੱਟ ਨੇ ਫਸਲ ਵੇਚੀ ਹੁੰਦੀ ਆ ਮੈਂ ਇਸ ਵਿੱਚ ਹੁੰਦੀ ਬਲੈਕ ਡੌਗ ਲੈਂਦਾ ਜੀਰੀ ਤਾਂ ਮੇਰੀ ਲੱਗੀ ਖੜੀ ਆ ਕਿ ਖੜੀ ਦੀਂਦੀ ਆ ਉਹ ਬੱਚਾ 200 ਦੀ ਆਈ ਸੀ ਚਲ ਓਏ ਪਸਾਬ ਵਾਲੀ ਚੱਕ ਲਈ ਚੱਲ ਚੱਕ ਲਈ ਸਾਰੇ ਸੰਦ ਕੋਲੇ ਨੇ ਚੱਲ 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 ਪਹੁੰਚ ਕੇ ਮੇਰੇ ਰਮਾਲ ਬਣਾ ਦਿਓ ਹੁਣ ਚੱਲ ਬਾਈ ਪੁੱਛ ਲੈ ਡਾਕਟਰ ਨੇ ਰੱਖੀ ਆ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਮੈਡਮ ਇੱਕ ਪੇਸ਼ੈਂਟ ਆ ਜੀ ਅਨਮੋਲ ਤੋਂ ਜੀ ਸ਼ੇਰ ਸਿੰਘ ਦਾ ਨਾਮ ਉਹਨਾਂ ਦਾ ਸ਼ਮਸ਼ੇਰ ਸਿੰਘ ਹਾਂਜੀ ਹਾਂਜੀ ਸ਼ਮਸ਼ੇਰ ਸਿੰਘ ਤੁਸੀਂ ਕੀ ਲੱਗਦੇ ਹੋ ਉਹਨਾਂ ਦੇ ਮੈਂ ਰਿਸ਼ਤੇਦਾਰ ਹਾਂ ਜੀ ਇਹ ਉਹਨਾਂ ਦੇ ਵਾਈਫ ਨੇ ਜੀ ਅੱਛਾ ਹਾਂਜੀ
ਦਰਅਸਲ ਗੱਲ ਕੀ ਹੋਈ ਆ, ਉਹ ਨਾ ਹੁਣੀ ਭੱਜ ਗਏ, ਉਹਨਾਂ ਨੂੰ ਪਤਾ ਨਹੀਂ ਦੋ ਰਿਸ਼ਤੇਦਾਰ ਜੇ ਆਏ ਸੀ ਸ਼ਾਇਦ, ਉਹਨਾਂ ਦੇ ਨਾਲ ਹੀ ਬੋਤਲਾਂ ਵਗੈਰਾ ਵੀ ਲੈ ਗਏ ਸਾਡੀਆਂ। ਭੱਜ ਗਏ ਕੀ ਗੱਲ, ਆ ਚਿੱਟਾ ਕੋਟ ਪਾਈ ਬੈਠੀਆਂ ਮੋਟੇ ਨੇ ਕੁਰਸੀ ਤੇ, ਪਹਿਲੀ ਗੱਲ ਰੱਖੀ ਉਹਦੀ। ਮਾਤਾ ਜੀ ਪਹਿਲਾਂ ਹੌਲੀ ਬੋਲੋ, ਤੁਸੀਂ ਹਸਪੀਟਲ ਚੋਂ। ਨਹੀਂ ਹੌਲੀ ਬੋਲ, ਮੇਰਾ ਬੰਦਾ ਖਾਲੀ ਕਿੱਥੇ ਭੱਜ ਗਿਆ ਹੈ, ਕੋਈ ਗੱਲ ਮੈਂ ਹੌਲੀ ਬੋਲਾਂ। ਸਰ ਪਲੀਜ਼ ਇਹਨਾਂ ਨੂੰ ਥੋੜਾ ਸਮਝਾਓ, ਮੈਂ ਤਾਂ ਰੋਕਣ ਦੀ ਬਹੁਤ ਕੋਸ਼ਿਸ਼। ਰਿਸਪੌਂਸਿਬਿਲਟੀ ਤਾਂ ਹਸਪੀਟਲ ਦੀ ਹੈ ਨਾ ਜੀ, ਐਂ ਕਿਵੇਂ ਭੱਜ ਗਿਆ ਪਲੀਜ਼। ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ। ਮੈਮ ਪਲੀਜ਼ ਥੋੜਾ ਕਾਮ ਡਾਊਨ, ਮੈਂ ਸਰ ਡਾਕਟਰ ਨੂੰ ਫੋਨ ਕੀਤਾ ਹੋਇਆ, ਉਹ ਬਸ ਆਉਂਦੇ ਹੀ ਹੋਣਗੇ। ਤੁਸੀਂ ਤੇਰੇ ਰਿਪੋਰਟ ਨੇ ਸਾਡਾ ਮਰੀਜ਼ ਹਲੇ ਡਾਕਟਰ ਨੂੰ ਫੋਨ ਕਰਕੇ ਪੁੱਛ ਲਈਏ, ਹਲੇ ਕਿੱਥੇ ਜੀ ਕਿੱਥੇ ਵਗ ਜੂਗਾ ਸਾਡਾ ਬੰਦਾ। ਕਿੱਥੇ ਸੀਗੇ ਉਹ, ਕਿਹੜੇ ਬੈੱਡ ਤੇ ਸੀਗੇ? ਉਹ ਅੰਦਰ ਵਾਲੇ ਵਾਰਡ 'ਚ ਸੀ, ਉੱਥੇ ਤਾਂ ਹੁਣ ਕੋਈ ਨਹੀਂ ਹੈਗਾ, ਤੁਸੀਂ ਡਾਕਟਰ ਨਾਲ ਗੱਲ ਕਰ ਲਿਓ, ਆ ਜਾਣਗੇ। ਕਦੋਂ ਡਾਕਟਰ ਆਇਆ, ਕਦੋਂ ਅਸੀਂ ਗੱਲ ਕਰੀ, ਕਦੋਂ ਸਾਡਾ ਮਰੀਜ਼ ਲੱਭਿਆ ਹੈ, ਉਹੀ ਗੱਲ ਪਿੰਡਾਂ ਵਾਲੀਆਂ ਗੱਲਾਂ ਤੁਸੀਂ ਨੇ ਕਰਕੇ ਦਿੱਤੀਆਂ। ਫਿਰ ਸਾਡਾ ਤਾਂ ਕੀ ਕਸੂਰ ਆ ਜੀ, ਮਰੀਜ਼ ਆਪ ਭੱਜ ਕੇ ਗਿਆ ਹੈਗਾ। ਲੈ ਜੇ ਲੱਗੂ ਮੈਂ ਮਰ ਜਾਵਾਂ, ਹਲੇ ਕਹਿੰਦੇ ਸਾਡਾ ਕੋਈ ਕਸੂਰ ਨਹੀਂ, ਤੇਰੇ ਕੋਲ ਜੀ ਸਾਡਾ ਮਰੀਜ਼ ਭੱਜਿਆ ਹੈ, ਹੋਰ ਕਸੂਰ ਕਿਹਦਾ, ਮੇਰਾ ਹੈ। ਦੇਖੋ ਬੇਬੇ ਪਲੀਜ਼ ਤੁਸੀਂ ਹੌਲੀ ਬੋਲੋ, ਮੈਂ ਤੁਹਾਨੂੰ ਗੱਲ ਮੈਂ ਹੌਲੀ ਬੋਲ ਸਕਦੀ, ਜਿੰਨਾ ਚਿਰ ਮੇਰਾ ਬੰਦਾ ਨਹੀਂ ਜਾਊਗਾ ਮੈਂ ਉਹ ਚਿਰ ਹੌਲੀ ਕਿਵੇਂ ਬੋਲਾਂ, ਸਪਰੇਅ ਉਹਦੀ ਕੀਤੀ ਹੋਈ ਹੈ, ਖਬਰੀ ਕਿੱਥੇ ਜਾ ਕੇ ਡਿੱਗੂਗਾ। ਮੈਂ ਇੱਕ ਵਾਰ ਡਾਕਟਰ ਨੂੰ ਦੁਬਾਰਾ ਫੋਨ ਕਰ ਦਿੰਦੀ। ਅੱਜ ਤਾਂ ਫੋਨ ਨਾ ਜੇ ਉਂਗਲਾ ਮਾਰਨ ਜੋਗੀ ਰਹਿ ਗਈ ਹੈ, ਬੰਦਾ ਸੁਣਾ ਦੇ ਬੰਨ। ਸਰ ਪਲੀਜ਼ ਤੁਸੀਂ ਥੋੜ੍ਹਾ ਜਲਦੀ ਆ ਜਾਓ, ਸ਼ਮਸ਼ੀਰ ਸਿੰਘ ਨਾਮ ਦਾ ਪੇਸ਼ੈਂਟ ਸੀ ਨਾ, ਇੱਕ ਤਾਂ ਉਹ ਭੱਜ ਗਏ ਸਰ, ਉਹਨਾਂ ਦੇ ਵਾਈਫਾਈ ਖੜੇ ਆ ਇੱਥੇ ਅਤੇ ਬਹੁਤ ਰੌਲਾ ਮਚਾ ਰਿਹਾ, ਸਰ ਤੁਸੀਂ ਪਲੀਜ਼ ਜਲਦੀ ਆ। ਹਜੇ ਕਈ ਰੌਲਾ ਮਚਾ ਰਹੇ ਨੇ, ਦਿਲ ਕੀ ਸੰਗਲ ਆਈ ਆ। ਮੈਂ ਤੁਸੀਂ ਬੈਠੋ ਦੋ ਮਿੰਟ, ਮੈਂ ਪਾਣੀ ਲੈ ਕੇ ਆਈ। ਥੋੜੀ ਬੈਠਾ ਜਾਂਦਾ ਨਾ, ਸਾਨੂੰ ਚਾਹੇ ਨਾ ਆਵੇ ਨਾ ਅਸੀਂ ਬੈਠ ਸਕਦੇ ਹਾਂ। ਮੈਮ ਪਲੀਜ਼ ਤੁਸੀਂ ਬੈਠੋ, ਮੈਂ ਬਸ ਆਈ, ਤੁਸੀਂ ਬੈਠੋ। ਮੈਂ ਆਈ ਕਹਿੰਦੀ ਤੂੰ ਵੀ ਵਗ ਜਾ, ਉਹ ਵੀ ਵਗ ਗਿਆ, ਇੱਥੇ ਦੇਖਭਾਲ ਕੌਣ ਕਰੂ, ਐਂ ਤਾਂ ਦੱਸ ਦੇ। ਮਾਤਾ ਜੀ ਹੁਣ ਰੌਲਾ ਪਾ ਕੇ ਕੀ ਫਾਇਦਾ, ਤੁਸੀਂ ਦੋ ਮਿੰਟ ਬੈਠ ਜਾਓ, ਮੈਂ ਬਸ ਆਈ ਡਾਕਟਰ ਨਾਲ ਬੁਲਾ ਕੇ। ਤੁਸੀਂ ਗੱਲ ਕਰੋ ਜੀ ਜਲਦੀ। ਬਾਈ ਦੇਖ ਲੈ, ਇੱਥੇ ਇਹਨਾਂ ਦੀ ਕਾਹਦੀ ਜ਼ਿੰਮੇਵਾਰੀ ਹੈ, ਮੈਨੂੰ ਦੱਸਿਓ। ਜ਼ਿੰਮੇਵਾਰੀ ਤਾਂ ਇਹਨਾਂ ਦੀ ਹਸਪਤਾਲ ਦੀ ਸੀ ਨਾ। ਹਾਂ ਹੱਦ ਹੋ ਗਈ ਤੇ ਜਮੇ, ਤੂੰ ਤਾਂ ਇਹੀ ਨਹੀਂ ਗੌਰ ਕਰਦੇ, ਤੂੰ ਮੈਂ ਕੀ ਗੌਰ ਕਰ ਲਾਂਗੇ। ਹਾਏ ਮੈਂ ਮਰ ਜਾ, ਪਤਾ ਨਹੀਂ ਕਿੱਥੇ ਗਿਆ ਹੋਣਾ, ਕੌਣ ਲੈ ਗਿਆ ਚੱਕ ਕੇ ਉਹਨੂੰ, ਮੈਨੂੰ ਤਾਂ ਐਂ ਲੱਗਦਾ ਕਿਹੜਾ ਰਿਸ਼ਤੇਦਾਰ ਕੀ ਇਹੋ ਜਿਹਾ ਜਿਹੜਾ ਉਹ ਜਿਹਦੇ ਨਾਲ ਵੱਗ ਗਿਆ ਉਹ। ਆਜੋ ਆਜੋ ਪੁੱਛ ਕਰ, ਕੋਈ ਨਹੀਂ ਹੈਗਾ, ਕੋਈ ਨਹੀਂ ਹੈਗਾ, ਆਜੋ ਤੱਬੇ ਜੇ ਪਰੀ ਆਜੋ। ਥੈਲੀ ਫੇਰ ਲੱਗ ਗਈ ਭਰਨੀ, ਖਾਲੀ ਕਰਾਂ। ਬੜੀ ਸੋਚ ਕਰਦਾ ਮੱਛਰ ਦੀ, ਉਦੀ ਨਾ ਆਇਆ ਨਾਲ। ਮੱਛਰਾ ਪਿਆਰ ਹੀ ਬਹੁਤ ਹੈ, ਪਿਆਰ ਕਾਹਨੂੰ ਹੈ ਮੇਰੇ ਸਾਲਿਆ, ਸਾਡੇ ਕਨੀ ਪਾਏਗਾ ਬੋਤਲ ਜੀ। ਐਂ ਕਰੋ ਜੀ, ਪਾਈਜੋ ਪਾਈਜੋ, ਅਸੀਂ ਬੈਠ ਨਹੀਂ ਸਕਦੇ, ਡਾਕਟਰ ਆਉਣ ਵਾਲਾ, ਉਹ ਬੈਠਣਾ ਨਹੀਂ ਹੈਗਾ, ਇਹਨੂੰ ਪਾ ਲਾ ਤੂੰ ਜੀ ਹੇਠਾਂ ਲਾ ਦੇ, ਤੂੰ ਜੀ ਤੂੰ ਜੀ ਲਈ ਫਿਰਦਾ ਨਾਲ, ਇਹਨੂੰ 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 ਪਾ ਲਾ ਗੀਚੇ ਚ, ਤੂੰ ਜੀ ਹੇਠਾਂ ਲਾ ਦੇ। ਉਹ ਨਾ ਉੱਕ ਗਈ, ਖਿੱਚ ਪੈ ਗਈ, ਖਿੱਚ ਪੈ ਗਈ, ਚੱਕ 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 ਚੱਕ, ਟੰਗ ਦੇ ਇੱਥੇ, ਟੰਗ ਦੇ ਨਾਲ, ਪੱਛ ਪੱਛ ਓਏ ਪੱਛ, ਇੱਥੇ ਟੰਗ ਦੇ, ਆਹੋ ਟੰਗ ਕੇ ਚੱਲ, ਉਹ ਬਾਹਰੇ ਚੱਲ, ਤੂੰ ਡਾਕਟਰ ਆਉਣ ਵਾਲਾ, ਟੰਗਦੀ ਨਹੀਂ ਡਾਕਟਰ, ਟੰਗਦੀ ਨਹੀਂ, ਚੱਲ ਬਸ ਚੰਗਾ, ਮੱਛਰ ਦਾ ਖਿਆਲ ਰੱਖੀ, ਚਾਹੁੰਦੇ ਅਸੀਂ ਫੇਰ ਦੇਵਾਂਗੇ, ਪੜਦੇ ਲਾ ਕੇ ਮੂੰਹ ਬੰਨ ਲੋ, ਡਾਕਟਰ ਆ ਗਿਆ, ਬਸ ਹੂੰ ਹਾਂ ਹੀ ਕਰਨੀ ਹੈ, ਚੰਗਾ ਜੇ ਬੋਲ ਪੇ ਪਤਾ ਲੱਗ ਜੂ, ਚੰਗਾ ਸੁਣ ਗਿਆ, ਮੈਨੂੰ ਬਹਿਰਾ ਤਾਂ ਨਹੀਂ ਖਿੱਚ ਤਾਂ ਨਹੀਂ ਪੈਂਦੀ, ਡਾਕਟਰ ਵੀ ਹੋ ਜੂ ਲੋਟ। ਹਾਂ ਹਾਂ ਹਾਂ, ਸਤਿ ਸ੍ਰੀ ਅਕਾਲ।
ਹਾਂ ਡਾਕਟਰ ਆ ਗਿਆ, ਫੇਰ ਕਰਦਾ ਮੈਂ ਤੈਨੂੰ ਡਾਕਟਰ। ਓਏ ਆਹ ਡਾਕਟਰ, ਓਏ ਆ ਡਾਕਟਰ, ਓਏ ਇਹ ਨਵਾਂ ਨੀ ਤਜਰਬਾ ਬੜਾ ਵੱਡਾ ਡਾਕਟਰ ਨੂੰ, ਉਮਰ ਛੋਟੀ ਜੀ ਲੱਗ ਰਹੀ ਹੈ। ਕਾਹੇ ਕਾਹਨਾ ਤੈਨੂੰ, ਬੰਦਾ ਮੌਕੇ ਦੀ ਛੱਡਿਆ ਜੇ ਮੈਂ, ਆਪਾਂ ਉਧਰੋਂ ਡਾਕਟਰ ਆ ਗਿਆ ਬੰਦਾ ਛੱਡਤਾ। ਬਚ ਗਏ ਓਏ, ਬਚ ਗਏ। ਮਗਰ ਮਗਰਲੇ ਗੇਟ ਚੱਲਦੇ ਆ, ਮਗਰਲੇ ਗੇਟ ਚੱਲਦੇ ਆ। ਓਏ ਫੇਰ ਦਾ ਮੈਂ ਡਾਕਟਰ ਆ ਗਿਆ, ਫੇਰ ਕਰਦਾ ਤੈਨੂੰ, ਫੇਰ ਕਰਦਾ। ਕੋਈ ਤਕਲੀਫ ਨਾ? ਅੱਛਾ ਠੀਕ ਹੋ ਜਮਾ ਜਮਾ? ਹਾਂ ਕੋਈ ਗੱਲ ਨੀ, ਫਿਰ ਆਪਾਂ ਨਾ ਦੇਖ ਦਾਂਗੇ, ਕੱਲ ਨੂੰ ਛੁੱਟੀ ਦੇ ਦਾਂਗੇ ਤੁਹਾਨੂੰ। ਅੱਜ ਹੀ ਦੇ ਦੋ? ਨਹੀਂ ਨਹੀਂ ਕੱਲ ਨੂੰ ਦੇਵਾਂਗੇ। ਝਟਲਾ ਦੇ ਮਾਹੌਲ ਖਰਾਬ ਕਰੀ ਨੇ। ਚੰਡੀਗੜ੍ਹ ਨਾ ਭੇਜਦੀ ਤੁਹਾਨੂੰ, ਚੰਡੀਗੜ੍ਹ ਦਾ ਦੂਰ ਪੈਜੂ, ਕਿਸੇ ਨੇ ਰੋਟੀ ਨੀ ਲੈ ਕੇ ਆਉਣੀ, ਮਗਰ ਰੋਟੀ ਦਾ ਕੋਈ ਜ਼ਰੂਰੀ ਨੀ ਭਤੀਜ ਦਾ। ਕੋਈ ਨਾ ਤੁਸੀਂ ਪਾਓ, ਰੈਸਟ ਕਰੋ, ਕੋਈ ਗੱਲ ਨੀ, ਰੈਸਟ ਦੀ ਆਪਣਾ ਕੱਲ ਨੂੰ ਤੋਰ ਦਾਂਗੇ ਤੁਹਾਨੂੰ। ਹੈ ਹਾਂ ਕੱਲ ਨੂੰ, ਅੱਜ ਨਾ ਤੋਰਦੇ ਹੱਥ ਨੇ। ਓ ਬਾਪੂ ਪੈ ਜਾ, ਪੈਰੀ ਹੱਥ ਲਾ ਦੇਣਾ ਮੈਂ, ਕਿਉਂ ਮਾਹੌਲ ਖਰਾਬ ਕੀਤਾ ਤੂੰ ਹਸਪਤਾਲ ਦਾ, ਪੈ ਜਾ। ਆ ਪਤਾ ਤੈਨੂੰ ਤਾਂ ਬਦਮੀ ਘਟਮੀ ਕਹੀ ਨੀ, ਆਪਣਾ ਕਿਹੜਾ ਤੇਰੇ ਨਾਲ। ਠੀਕ ਹੈ ਠੀਕ ਹੈ, ਕੋਈ ਗੱਲ ਨੀ, ਕੋਈ ਗੱਲ ਨੀ, ਪੈ ਜਾ ਪੈ ਜਾ ਪੈ ਜਾ ਜਾਣਾ। ਐਂ ਕਰ, ਉਹਨੂੰ ਭੇਜ ਅੰਦਰ ਮੜਾ ਜਾ, ਭੇਜੀ ਮਤਲਬ ਉਹਨੂੰ ਮੜਾ ਜਾ, ਐ ਸਾਦਾ ਦੀ ਤੈਨੂੰ ਕਦ ਨੇ ਭੇਜ। ਜੋੜ ਕਿੱਥੇ ਜੇ ਪੜਦੇ ਵਾਲਾ? ਮਾਇਆ ਡੈਡੀ ਜੀ, ਮਾਇਆ ਡਾਕਟਰ ਵਗ ਗਿਆ, ਡਾਕਟਰ ਵਗ ਗਿਆ, ਡਾਕਟਰ ਤਾਂ ਵਗ ਗਿਆ। ਆ ਜਾਓ ਲਾਲਾ, ਪੜਦੇ ਲਾਲਾ, ਆ ਜਾ। ਠੀਕ ਹੈ, ਠੀਕ ਕਿਹੜਾ ਬੰਨਿਆ ਪਿਆ, ਠੀਕ ਹੈ ਗਾ ਉਹ ਬੋਤਲ ਖੋਲ ਕੇ ਤਲਾ ਬਾ, ਠੀਕ ਹੈ, ਪੜਦੇ ਲੋਟ ਕਰ, ਪੜਦਾ ਕਰ ਜੀ, ਤਾਂ ਠੀਕ ਤੈਨੂੰ ਲਾ, ਉਹ ਪੜਦਾ ਲੈ 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 ਪਾ ਲੈ ਪਾ ਲੈ ਪਾ ਕੱਪੜੇ ਬਦਲਦਾ ਪਈ, ਖੜ ਜਾ ਗੁੱਡੀ,
ਅੱਛਾ ਹਾਂ ਕੱਪੜੇ ਬਦਲਨੇ 1 ਮਿੰਟ ਓਕੇ ਯੂ ਕੰਟੀਨਿਊ ਉਹ ਬਦਲ ਭਾਈ ਸ਼ਹੀਦ ਨੇ ਕਰਨ ਦੇਣਾ ਹਾਂ ਮੈਂ ਤਾਂ ਗੁੱਡੀ ਨੂੰ ਕਹਦਾ ਸਿੰਕਲ ਗੁੱਡੀ ਉਹਦਾ ਉਹ ਕਹਦਾ ਕਾਇਤਾ 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 ਗਈ 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 ਚਾਲ ਚਾਦਰਾ ਚਾਦਰਾ ਲੁੱਟ ਹੋ ਗਿਆ ਹੈ ਚੱਲ ਇੰਨੇ ਨਾ ਬੰਦੇ ਦਾ ਮਨ ਜਾ ਹੋਰ ਹੋ ਜਾਂਦਾ ਹਾਂ ਅਕਲ ਕਾਨੀ ਜੀ ਆਉਣ ਲੱਗ ਜਾਂਦੀ ਆ ਕੀ ਕਰਨ ਆਈ ਤੀ ਕੁੜੀ ਉਹਦਾ ਆ ਜਾ ਭਾਈ ਆ ਜਾ ਆ ਜਾ ਭਾਈ ਆ ਜਾ ਲੈ ਪਾ ਦੱਸ ਸਰਿੰਜ ਭਰ ਨਾ ਯੂ ਸਰਿੰਜ ਭਰ ਦਈਂ ਜੀ ਹੋ ਗਿਆ ਸਰ ਹਾਂ ਕੱਪੜੇ ਤਾਂ ਬਦਲੇ ਵੀ ਨਹੀਂ ਨਹੀਂ ਭਾਈ ਉਹ ਕੱਛਾ ਚੇਂਜ ਕਰਿਆ ਓਕੇ ਹਾਂ ਦਵਾਈ ਤੁਸੀਂ ਲੈ ਲਈ ਸੀ ਕਿ ਮੈਂ ਤੁਹਾਨੂੰ ਉੱਥੇ ਰੱਖ ਕੇ ਗਈ ਸੀ ਦਵਾਈ ਦਾ ਬਹੁਤ ਦਵਾਈ ਦਿੰਨੇ ਆ ਜੀ ਹੁਣ ਸਾਡੀ ਡਿਊਟੀ ਹੈ ਜੀ ਤੁਸੀਂ ਸਾਨੂੰ ਜ਼ਿੰਮੇਵਾਰੀ ਸਮਾਓ ਅਸੀਂ ਦਿੰਨੇ ਜੀ ਦਵਾਈ ਤਾਂ ਕੋਈ ਨਹੀਂ ਸਰ ਉਹ ਮੇਰਾ ਕੰਮ ਹੈਗਾ ਮੈਂ ਆਪਣਾ ਕੰਮ ਆਪੇ ਜਾਣਦੀ ਹਾਂ ਹਾਂ ਸੀ ਉਹ ਦਵਾਈ ਦਾ ਦਿੱਤੀ ਵੀ ਹੋਈ ਹੈ ਜੀ ਵਿਜੇ ਅਸਰ ਕਰ ਗਈ ਤਾਂ ਬਾਰੇ ਨੇ ਰਹੇ ਨੇ ਉਹ ਦਵਾਈ ਦੇ ਦਿੰਨੇ ਜੀ ਤੁਸੀਂ ਰੁਮਾਲ ਕਿਉਂ ਬੰਨਿਆ ਹੋਇਆ ਹੁਣ ਤਾੜ ਦੇ ਨਾ ਮੈਨੂੰ ਥੋੜੀ ਜਿਹੀ ਸੂਕ ਜਿਹੀ ਹੁੰਦੀ ਦਵਾਈਆਂ ਦੀ ਮੈਨੂੰ ਘਬਰਾਹਟ ਹੋ ਰਹੀ ਜੀ ਘਬਰਾਹਟ ਹੋ ਗਈ ਨਹੀਂ ਦੇਖ ਲਓ ਜੇ ਬਾਹਰ ਕਿਹੜਾ ਦੇਖਿਆ ਨਾ ਜੇ ਘਬਰਾਹਟ ਹੁੰਦੀ ਹੈ ਤਾਂ ਬਾਹਰ ਨਹੀਂ ਬਾਹਰ ਨਹੀਂ ਹੁਣ ਨਹੀਂ ਨਾ ਨਾ ਐਵੇਂ 60 ਫੁੱਟ ਵੱਜ ਜੂ ਉੜਕ ਜਾਣਗੇ ਨੇਰਾ ਹੋ ਗਿਆ ਫਾਇਦਾ ਨਹੀਂ ਤੂੰ ਤਾਂ ਇੱਥੇ ਹਾਂ ਸਰ ਹੁਣ ਤੁਸੀਂ ਵੀ ਇਹਨਾਂ ਨੂੰ ਥੋੜਾ ਰੈਸਟ ਕਰਨ ਦਿਓ ਬਸ ਬਹੁਤ ਮਿਲ ਲੈ ਤੁਸੀਂ ਚੱਲ ਹੁਣ ਬਸ ਤੂੰ ਤਾਂ ਛੱਡ ਦੇ ਤੂੰ ਕੋ ਚਿੰਬੜੀਆਂ ਨਾ ਬਾਹਰ ਲਫਾਫੇ ਅੱਡ ਲੈ ਲਿਆ ਪਰੋਣੇ ਨੇ ਪੈ ਜੋ ਲਮੜਾ ਬੈਠੇ ਕਰਦੀ ਨਹੀਂ ਸਰ ਉਹਨਾਂ ਨੂੰ ਸੋ ਜਾਣ ਦਿਓ ਬਸ ਇਹ ਨਾ ਕਰੋ ਹਾਂ ਹਾਂ ਟੱਲਾ ਕਰ ਦਿਆ ਜੀ ਪੈ ਜੋ ਕੀ ਕਰਤਾ ਵੇ ਪੈ ਜਾ ਪੈ ਜਾ ਪੈ ਜਾ ਪੈ ਜਾ ਫਿਰ ਕਿਉਂ ਡੈਡੀ ਜੀ ਭਲੇ ਖਾਤਰੀ ਫਿਰਦੇ ਨੇ ਆਪਣੇ ਤੇ ਹੈ ਅੱਜ ਕੱਲ ਕੌਣ ਨਹੀਂ ਭਤੀਜ ਦਾ ਭਲੇ ਧੰਨਵਾਦ ਭਾਈ ਤੇਰਾ ਗੁੱਡੀ ਤੂੰ ਇਹਨੂੰ ਸਾਂਭਦੀ ਹੈ ਨਾ ਸਾਡੇ ਬੰਦੇ ਨੂੰ ਬਸ ਖੜਾ ਕਰਦੇ ਸਾਨੂੰ ਤਾਂ ਆਇਆ ਵੀ ਕਰਨ ਦੇ ਲਈ ਜੀ ਘਰ ਨੂੰ ਕੋਈ ਨਹੀਂ ਸਰ ਜਲਦੀ ਠੀਕ ਹੋ ਜਾਣਗੇ ਥੋੜੀ ਆ ਮੈਂ ਤਾਂ ਠੀਕ ਆ ਯਾਰ ਮੈਂ ਤਾਂ ਕਹਿੰਦਾ ਅੱਜ ਲੈ ਚਲੋ ਹੋ ਜਾ ਤੁਸੀਂ ਬਸ ਆਏ ਆ ਵੀ ਜੀ ਹਨਾ 2-4 ਦਿਨ ਜੇ ਹੋਰ ਰੱਖਣਾ ਹੈ ਕੋਈ ਵੱਡੀ ਗੱਲ ਨਹੀਂ ਹੈਗੀ 2-4 ਦਿਨ ਕੀ ਕਰਾਂਗੇ ਵੀ ਵੀ ਆਇਆ ਕਿਉਂ ਮੈਨੂੰ ਸਖਤੀ ਵਰਤਣ ਤੇ ਮਜਬੂਰ ਕਰ ਰਹੇ ਹੋ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਪਲੀਜ਼ ਰੈਸਟ ਕਰ ਲਓ ਤੁਸੀਂ ਭਾਈ ਜੋ ਡੈਡੀ ਜੀ 2-4 ਦਿਨ ਦਾ ਕੰਮ ਨਹੀਂ ਹੈਗਾ ਹੁਣ ਭਾਈ ਜੋ ਡੈਡੀ ਜੀ ਠੇਕਾ ਨੇੜੀ ਹੈ ਭਾਈ ਜੋ ਚਲੋ ਸਰ ਪਲੀਜ਼ ਤੁਸੀਂ ਜਾਓ ਚੰਗਾ ਜੀ ਚੰਗਾ ਸਰ ਜੇ ਕੁਝ ਚੀਜ਼ ਚਾਹੀਦੀ ਹੋਈ ਮੈਨੂੰ ਹਾਕ ਮਾਰ ਲਿਓ ਨਹੀਂ ਰੈਸਟ ਮੈਂ ਮਰੂਦ ਖਾਣੇ ਨੇ ਕਦਾ ਮਰੂਦ ਲਿਆ ਤੇ ਕਿਸੇ ਹੋਰ ਚੀਜ਼ ਲਿਆ ਕੋਈ ਨਹੀਂ ਸਰ ਮੈਂ ਭਿਜਵਾ ਦਿੰਨੀ ਆ ਫਰੂਟਸ ਤੁਹਾਨੂੰ ਆਹ ਲਿਆ ਕੇ ਦੇ ਦੇਣਗੇ ਨਹੀਂ ਨਹੀਂ ਸਰ ਮੈਂ ਲੈ ਕੇ ਆਉਣੀ ਆ ਫਰੂਟਸ ਤੁਸੀਂ ਰੈਸਟ ਕਰੋ ਪਤਲੀ ਜੀ ਪਾਣੀ ਕਰ ਲਈ ਚੰਗਾ